ਕੇਂਦਰ ਸਰਕਾਰ ਵੱਲੋਂ ਅੱਜ ਆਪਣਾ ਬਜਟ ਪੇਸ਼ ਕੀਤਾ ਗਿਆ। ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀ ਉਮੀਦਾਂ ਇਸ ਬਜਟ ਤੋਂ ਹੁੰਦੀਆਂ ਨੇ। ਕਿਤੇ ਨਾ ਕਿਤੇ ਕੁਛ ਲੋਕ ਵੀ ਇਸ ਤੋਂ ਨਾ ਖੁਸ਼ ਹੁੰਦੇ ਨੇ, ਕਿਉਂਕਿ ਜਿਨ੍ਹਾਂ ਪੂਰਤੀਆਂ 'ਤੇ ਨਹੀਂ ਉਤਰਦਾ ਬਜਟ ਤਾਂ ਲੋਕ ਕਿਤੇ ਨਾ ਕਿਤੇ ਨਾ ਖੁਸ਼ ਵੀ ਨਜ਼ਰ ਆਉਂਦੇ ਨੇ। ਕਿਸਾਨ ਪੰਜਾਬ ਦਾ ਜਾਂ ਖੇਤੀ ਵਾਲਾ ਜੋ ਮੱਧਮ ਵਰਗ ਆ, ਜੋ ਵਪਾਰੀ ਵਰਗ ਆ, ਹਰ ਕਿਸੇ ਨੂੰ ਕੋਈ ਨਾ ਕੋਈ ਉਮੀਦ ਇਸ ਬਜਟ ਤੋਂ ਹੁੰਦੀ ਹੈ। ਕਿਸਾਨੀ ਨੂੰ ਲੈ ਕੇ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਕਿਸਾਨੀ ਨੂੰ ਲੈ ਕੇ ਕੁਛ ਵੀ ਇਸ ਬਜਟ ਦੇ ਵਿੱਚ ਨਹੀਂ ਰੱਖਿਆ ਗਿਆ। ਇਹ ਬਜਟ ਨੂੰ ਜਦੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਮਤਲਬ ਕਿ ਖੰਗੋਲਦੇ ਹਾਂ, ਵੇਖਦੇ ਹਾਂ, ਉਹਦੇ ਵਿੱਚ ਇਹ ਸਾਹਮਣੇ ਆਇਆ ਵੀ ਜਿਹੜੇ ਵਾਅਦੇ ਕੀਤੇ ਸੀ ਮਾਨਯੋਗ ਪ੍ਰਧਾਨ ਮੰਤਰੀ ਨੇ ਆਪਣੇ 2016 'ਚ ਕਿਹਾ ਸੀਗਾ ਵੀ ਆਪਾਂ 22 ਤੱਕ ਕਿਸਾਨਾਂ ਦੀ ਜਿਹੜੀ ਇਨਕਮ ਆ ਉਹਨੂੰ ਡਬਲ ਕਰ ਦਿਆਂਗੇ, ਪਰ ਉਹ 22 ਵੀ ਲੰਘ ਗਿਆ, 23 ਆ ਗਿਆ, 24 ਆ ਗਿਆ। ਸਾਨੂੰ ਉਮੀਦ ਸੀ ਕਿਉਂਕਿ ਜਦੋਂ ਤੀਜੀ ਵਾਰੀ ਸਰਕਾਰ ਬਣਦੀ ਹੈ ਨਾ, ਤੇ ਉਹ ਵੀ ਸਰਕਾਰ ਵੀ ਜਿਹਦਾ ਬਹੁਤ ਤਕੜਾ ਬਹੁਮਤ ਨਾ ਹੋਵੇ, ਤਾਂ ਉਹ ਕਿਤੇ ਨਾ ਕਿਤੇ ਜਿਹੜਾ ਵਰਗ ਉਹਦੇ ਤੋਂ ਨਾਰਾਜ਼ ਹੋਵੇ ਤਾਂ ਉਹਦੇ ਲਈ ਕੋਈ ਇਹੋ ਜਿਹੇ ਕਦਮ ਚੱਕਦੀ ਹੈ ਵੀ ਜਿਹਦੇ ਕਰਕੇ ਜਿਹੜੀ ਉਹਦੀ ਨਾਰਾਜ਼ਗੀ ਆ ਉਹ ਦੂਰ ਹੋ ਜੇ। ਫਿਰ ਉਹੀ ਹੋਇਆ ਵੀ ਇਕੱਲੇ ਅੰਕੜਿਆਂ ਨਾਲ ਖੇਡਿਆ ਗਿਆ। ਅੰਕੜਿਆਂ ਦੇ ਹਿਸਾਬ 'ਤੇ ਤਾਂ ਬੜਾ ਬਜਟ ਵਧਾ ਤਾ ਕਿਸਾਨੀ ਲਈ, ਨਾ ਹੀ ਕੋਈ ਇਹਨਾਂ ਨੇ, ਅਸੀਂ ਕਿਹਾ ਸੀ ਵੀ GST ਦੇ ਵੇਵਰ ਦਿਓ, ਜੇ GST ਉਡਾ ਦੇਣ, 2014 ਤੋਂ ਬਾਅਦ ਰਜਾਈਮ ਆਇਆ, ਜੇ ਉਹ ਉੱਡਦੀ ਹੈ ਤਾਂ ਕਿਸਾਨ ਦੀ ਇਨਪੁੱਟ ਕੋਸਟ ਘੱਟ। ਕੇਂਦਰ ਸਰਕਾਰ ਵੱਲੋਂ ਅੱਜ ਆਪਣਾ ਬਜਟ ਪੇਸ਼ ਕੀਤਾ ਗਿਆ। ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀ ਉਮੀਦਾਂ ਇਸ ਬਜਟ ਤੋਂ ਹੁੰਦੀਆਂ ਨੇ। ਕਿਸਾਨ ਪੰਜਾਬ ਦਾ ਜਾਂ ਖੇਤੀ ਵਾਲਾ ਜੋ ਮੱਧਮ ਵਰਗ ਆ, ਜੋ ਵਪਾਰੀ ਵਰਗ ਆ, ਹਰ ਕਿਸੇ ਨੂੰ ਕੋਈ ਨਾ ਕੋਈ ਉਮੀਦ ਇਸ ਬਜਟ ਤੋਂ ਹੁੰਦੀ ਹੈ, ਪਰ ਕਿਤੇ ਨਾ ਕਿਤੇ ਕੁਛ ਲੋਕ ਵੀ ਇਸ ਤੋਂ ਨਾ ਖੁਸ਼ ਹੁੰਦੇ ਨੇ, ਕਿਉਂਕਿ ਜਿਨ੍ਹਾਂ ਪੂਰਤੀਆਂ 'ਤੇ ਨਹੀਂ ਉਤਰਦਾ ਬਜਟ ਤਾਂ ਲੋਕ ਕਿਤੇ ਨਾ ਕਿਤੇ ਨਾ ਖੁਸ਼ ਵੀ ਨਜ਼ਰ ਆਉਂਦੇ ਨੇ। ਕਿਸਾਨੀ ਨੂੰ ਲੈ ਕੇ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਕਿਸਾਨੀ ਨੂੰ ਲੈ ਕੇ ਕੁਛ ਵੀ ਇਸ ਬਜਟ ਦੇ ਵਿੱਚ ਨਹੀਂ ਰੱਖਿਆ ਗਿਆ। ਅਤੇ ਸਾਡੇ ਨਾਲ ਰਵਨੀਤ ਸਿੰਘ ਬਰਾੜ, ਕਿਸਾਨ ਆਗੂ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਬਰਾੜ ਸਾਹਿਬ, ਅੱਜ NDA ਦੀ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ ਗਾ, ਬਹੁਤ ਸਾਰੀ ਉਮੀਦਾਂ ਸੀਗੀਆਂ, ਅਖਬਾਰਾਂ ਦੇ ਵਿੱਚ ਚਰਚਾ ਸੀਗੀ ਕਿ ਕੁਛ ਨਾ ਕੁਛ ਕਿਸਾਨਾਂ ਨੂੰ ਮਿਲੂਗਾ, ਕਿਉਂਕਿ ਸਰਕਾਰ ਬਣੀ ਸੀਗੀ NDA ਦੀ, ਬਹੁਤ ਸਾਰੀ ਖੇਤਰੀ ਪਾਰਟੀਆਂ ਨੂੰ ਜੋੜ ਕੇ ਵੀ ਬਣੀ ਹੈ ਸਰਕਾਰ, ਬਹੁਮਤ ਨਹੀਂ ਸੀਗਾ। ਇਹ ਉਮੀਦ ਸੀਗੀ ਕਿ ਖੇਤਰੀ ਪਾਰਟੀਆਂ ਦੇ ਹੁੰਦਿਆਂ ਹੋਇਆਂ ਇਹ ਬਜਟ ਦੇ ਵਿੱਚ ਖੇਤੀਬਾੜੀ ਸੈਕਟਰ ਨੂੰ ਉੱਤੇ ਚੱਕਿਆ ਜਾਊਗਾ, ਪਰ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਖੇਤੀਬਾੜੀ ਨੂੰ ਛੱਡ ਕੇ ਕਹਿੰਦੇ ਪੰਜਾਬ ਦੇ ਲਈ ਵੀ ਕੁਛ ਨਹੀਂ ਰੱਖਿਆ ਇਸ ਬਜਟ ਦੇ ਵਿੱਚ, ਤੁਸੀਂ ਕਹਿਣਾ? ਦੇਖੋ ਦਲਜੀਤ, ਇਹ ਬਜਟ ਨੂੰ ਜਦੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਮਤਲਬ ਕਿ ਖੰਗੋਲਦੇ ਹਾਂ, ਵੇਖਦੇ ਹਾਂ, ਉਹਦੇ ਵਿੱਚ ਇਹ ਸਾਹਮਣੇ ਆਇਆ ਵੀ ਜਿਹੜੇ ਵਾਅਦੇ ਕੀਤੇ ਸੀ ਮਾਨਯੋਗ ਪ੍ਰਧਾਨ ਮੰਤਰੀ ਨੇ ਆਪਣੇ 2016 'ਚ ਕਿਹਾ ਸੀਗਾ ਵੀ ਆਪਾਂ 22 ਤੱਕ ਕਿਸਾਨਾਂ ਦੀ ਜਿਹੜੀ ਇਨਕਮ ਆ ਉਹਨੂੰ ਡਬਲ ਕਰ ਦਿਆਂਗੇ, ਪਰ ਉਹ 22 ਵੀ ਲੰਘ ਗਿਆ, 23 ਆ ਗਿਆ, 24 ਆ ਗਿਆ। ਸਾਨੂੰ ਉਮੀਦ ਸੀ ਕਿਉਂਕਿ ਜਦੋਂ ਤੀਜੀ ਵਾਰੀ ਸਰਕਾਰ ਬਣਦੀ ਹੈ ਨਾ, ਤੇ ਉਹ ਵੀ ਸਰਕਾਰ ਵੀ ਜਿਹਦਾ ਬਹੁਤ ਤਕੜਾ ਬਹੁਮਤ ਨਾ ਹੋਵੇ, ਤਾਂ ਉਹ ਕਿਤੇ ਨਾ ਕਿਤੇ ਜਿਹੜਾ ਵਰਗ ਉਹਦੇ ਤੋਂ ਨਾਰਾਜ਼ ਹੋਵੇ ਤਾਂ ਉਹਦੇ ਲਈ ਕੋਈ ਇਹੋ ਜਿਹੇ ਕਦਮ ਚੱਕਦੀ ਹੈ ਵੀ ਜਿਹਦੇ ਕਰਕੇ ਜਿਹੜੀ ਉਹਦੀ ਨਾਰਾਜ਼ਗੀ ਆ ਉਹ ਦੂਰ ਹੋ ਜੇ, ਕਿਉਂਕਿ ਕਿਸਾਨਾਂ ਕਰਕੇ 38 ਸੀਟਾਂ ਇਹਨਾਂ ਨੇ ਪਿਛਲੇ ਵਾਰ ਨਾਲੋਂ ਘੱਟ ਆਈਆਂ ਇਹਨਾਂ ਨੂੰ। ਸੋ ਇਸ ਬਜਟ ਦੇ ਵਿੱਚ ਸਾਨੂੰ ਉਮੀਦ ਸੀ ਵੀ ਕੁਛ ਆਊਗਾ, ਪਰ ਫਿਰ ਉਹੀ ਹੋਇਆ ਵੀ ਇਕੱਲੇ ਅੰਕੜਿਆਂ ਨਾਲ ਖੇਡਿਆ ਗਿਆ। ਅੰਕੜਿਆਂ ਦੇ ਹਿਸਾਬ 'ਤੇ ਤਾਂ ਬੜਾ ਬਜਟ ਵਧਾ ਤਾ ਕਿਸਾਨੀ ਲਈ, ਜੇ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਤੁਹਾਡੇ ਨਾਲ ਤਾਂ ਬਜਟ ਹੀ ਵਧਾ ਤਾ ਕਿਸਾਨੀ ਦਾ, 1,00,000 ਕਰੋੜ ਕਰਤਾ, ਐਂ ਕਰਤਾ। ਪਰ ਅਖੀਰ ਤੁਸੀਂ ਜਦੋਂ ਆਪਾਂ ਐਗਜ਼ਾਮਪਲ ਲੈਂਦੇ ਹਾਂ ਇੱਕ ਛੋਟੇ ਕਿਸਾਨ ਦੀ, 4-5 ਕਿੱਲਿਆਂ ਵਾਲੇ ਦੀ, ਉਹਨੂੰ ਮਿਲਿਆ ਕੀ? ਉਹ ਤਾਂ ਉਹੀ ਝੋਨੇ ਕਣਕ ਦੇ ਸਰਕਲ 'ਚ ਹੈ, MSP ਉਹਨੂੰ ਜਿਹੜੀ ਮਿਲਦੀ ਹੈ ਉਹ ਸਵਾਮੀਨਾਥਨ ਜੀ ਦੀ ਰਿਪੋਰਟ ਦੇ ਅਕੋਰਡਿੰਗ ਨਹੀਂ, ਨਾਲ ਨਾ ਉਹਦਾ ਕਰਜ਼ਾ ਮੁਕਤੀ ਹੋਈ ਹੈ, ਨਾ ਹੀ ਕੋਈ ਇਹਨਾਂ ਨੇ, ਅਸੀਂ ਕਿਹਾ ਸੀ ਵੀ GST 'ਤੇ ਵੇਵਰ ਦਿਓ,
ਕਿਉਂਕਿ ਜਿੰਨੇ ਕਿਸਾਨੀ ਜਿਹੜੇ ਇੰਪਲੀਮੈਂਟਸ ਹੈ ਤੇ ਜਾਂ ਜਿਹੜੀ ਪੈਸਟੀਸਾਈਡ ਜਿਹੜੀ ਇਨਪੁਟ ਕਾਸਟ ਹੈ ਉਹਨੂੰ ਘਟਾਉਣ ਲਈ ਜੇ GST ਉਡਾ ਦੇਣ, 2014 ਤੋਂ ਬਾਅਦ ਰਜਾਈਮ ਆਇਆ, ਜੇ ਉਹ ਉੱਡਦੀ ਹੈ ਤਾਂ ਕਿਸਾਨ ਦੀ ਇਨਪੁਟ ਕਾਸਟ ਘੱਟ ਜੂਗੀ ਤੇ ਉਹਦੇ ਨਾਲ ਆਊਟਪੁੱਟ ਵੱਧ ਜੂਗੀ। ਉਹ ਵੀ ਨਹੀਂ ਕੁਛ ਹੋਇਆ। ਫਿਰ ਕਿਸਾਨ ਦਾ ਸਾਨੂੰ ਇਹ ਸੀ ਵੀ ਕਿਸਾਨ ਤੇ ਜਿਹੜਾ ਮਜ਼ਦੂਰ ਹੈ ਫਾਰਮ ਲੇਬਰ ਉਹਦੀ ਤੁਸੀਂ ਪੈਨਸ਼ਨ ਦੀ ਗੱਲ ਕਰੋ ਕਿਉਂਕਿ ਉਹ ਵੀ ਦੇਸ਼ ਲਈ ਕੰਮ ਕਰ ਰਿਹਾ। ਅੱਜ ਉਹ ਜੇ 60 ਸਾਲਾਂ ਬਾਅਦ ਜੇ ਆਪਾਂ ਕਿਸੇ ਗਵਰਨਮੈਂਟ ਇੰਪਲਾਈ ਨੂੰ ਕੰਮ ਪੈਨਸ਼ਨ ਦਿੰਦੇ ਹਾਂ ਤਾਂ ਉਸ ਕਿਸਾਨ ਮਜ਼ਦੂਰ ਨੂੰ ਵੀ ਦੇਣੀ ਬਣਦੀ ਹੈ, ਉਹਦੇ ਬਾਰੇ ਗੱਲ ਨਹੀਂ ਹੋਈ। ਸੋ ਓਵਰਆਲ ਜਦੋਂ ਬਜਟ ਨੂੰ ਵੇਖਦੇ ਹਾਂ ਸਾਨੂੰ ਤਾਂ ਬਹੁਤ ਨਿਰਾਸ਼ਾ ਲੱਗੀ ਹੈ ਅਤੇ ਬੜਾ ਉਦਾਸ ਹੈ ਮਨ ਸਾਡਾ ਇਸ ਬਜਟ ਨੂੰ ਵੇਖ। ਕੇਂਦਰ ਸਰਕਾਰ ਕਹਿੰਦੀ ਕਿ ਕੁਦਰਤੀ ਖੇਤੀ ਨੂੰ ਪ੍ਰਫੁੱਲਤ ਕੀਤਾ ਜਾਊਗਾ, ਉਹਦੇ ਲਈ ਬਜਟ ਦੇ ਵਿੱਚ ਤਜਵੀਜ਼ ਰੱਖੀ ਆ ਕਿ ਇਹ ਕੁਦਰਤੀ ਖੇਤੀ ਨੂੰ ਹੁਣ ਅੱਗੇ ਦੇਖਿਆ ਜਾਊਗਾ ਕਿਉਂਕਿ ਲਗਾਤਾਰ ਇਹ ਚਰਚਾ ਹੈ ਕਿ ਕਿਸਾਨ ਪੈਸਟੀਸਾਈਡ ਪਾ ਕੇ ਲਗਾਤਾਰ ਖੇਤੀ ਨੂੰ ਖਰਾਬ ਕਰ ਰਹੇ ਨੇ, ਹੁਣ ਕੁਦਰਤੀ ਖੇਤੀ ਵੱਲ ਮੁੜ ਤੋਂ ਆ ਰਹੇ ਨੇ, ਪਹਿਲਾਂ ਵੀ ਕੁਦਰਤੀ ਖੇਤੀ ਕਰਦੇ ਸੀ, ਰੇਹਾਂ ਸਪਰੇਹਾਂ ਨਾਲ ਲਗਾਤਾਰ ਗ੍ਰੀਨ ਰੈਵੋਲੂਸ਼ਨ ਲੈ ਕੇ ਆਉਂਦਾ, ਹੁਣ ਫਿਰ ਉੱਧਰ ਕੁਦਰਤੀ ਖੇਤੀ ਵੱਲ ਜ਼ਿਕਰ ਹੋ ਰਿਹਾ। ਦੇਖੋ ਦਲਜੀਤ, ਕੁਦਰਤੀ ਖੇਤੀ ਦਾ ਜ਼ਿਕਰ ਹੋਇਆ, ਸਾਨੂੰ ਰੇਹਾਂ ਸਪਰੇਹਾਂ ਲੱਗਿਆ ਕੌਣ? ਅਸੀਂ ਕਿਸਾਨ ਉਸ ਟਾਈਮ ਗਿਆ ਰਿਹਾ ਸਪਰੇਹਾਂ ਵੱਲ ਜਦੋਂ ਦੇਸ਼ ਦੇ ਮਤਲਬ ਕਿ ਆਪਾਂ ਦੂਜੇ ਮੁਲਕਾਂ ਕੋਲੇ ਜਾਂਦੇ ਸੀ ਅਨਾਜ ਮੰਗਣ ਆਪਣੇ ਕੋਲ, ਹੁਣ ਅੱਜ ਕੀ ਆਪਣੇ ਕੋਲੇ ਮਤਲਬ ਸਰਪਲਸ ਅਨਾਜ ਹੈ, ਆਪਾਂ ਹੋਰ ਦੇਸ਼ਾਂ ਨੂੰ ਐਕਸਪੋਰਟ ਵੀ ਕਰ ਰਹੇ ਹਾਂ। ਤਾਂ ਜਦੋਂ ਇਹ ਸਾਰਾ ਗ੍ਰੀਨ ਰੈਵੋਲੂਸ਼ਨ ਆਇਆ, ਇੱਕ PDS ਸਕੀਮ ਥਰੂ ਆਇਆ, ਮਤਲਬ ਸਰਕਾਰ ਨੇ ਬਾਏ ਬੈਕ ਕਰਨ ਦੀ ਗਰੰਟੀ ਕੀਤੀ ਤੇ ਫਾਰਮਰ ਉਧਰ ਨੂੰ ਸ਼ਿਫਟ ਹੋ ਗਿਆ। ਹੁਣ ਜੇ ਆਰਗੈਨਿਕ ਖੇਤੀ ਜਾਂ ਨੈਚੁਰਲ ਖੇਤੀ ਵੱਲ ਲਿਜਾਣਾ ਚਾਹੁੰਦੇ ਕਿਸਾਨ ਨੂੰ, ਕਿਸਾਨ ਨੂੰ ਜਾਣ ਨੂੰ ਕੀ ਹੈ? ਇੱਕ ਤਾਂ ਜਿਹੜਾ ਉਤਪਾਦਨ ਹੈ ਉਹ 30-40 ਪੈਸੇ ਤੇ ਰਹਿ ਜੂਗਾ, ਉਹਦੇ ਹਿਸਾਬ ਤੇ ਇੱਕ ਉਹਦੀ ਮੁੱਲ ਦੇਣ ਫਸਲ ਦਾ, ਦੂਸਰੀ ਗੱਲ ਨਾਲ ਸਾਨੂੰ ਕ੍ਰੋਪ ਇੰਸ਼ੋਰੈਂਸ ਦੇਣ ਤੇ ਨਾਲ ਕੰਪਨਸੇਸ਼ਨ ਦੇਣ ਵੀ ਨਾਲ। ਜੇ ਮੰਨ ਕੇ ਚੱਲੋ ਸਪੋਜ਼ ਝੋਨੇ ਤੋਂ ਸਾਨੂੰ ਸ਼ਿਫਟ ਕਰਦੇ ਕਿਸੇ ਹੋਰ ਫੀਲਡ ਵੱਲ, ਤਾਂ ਉਹਦੇ 'ਚ ਜੇ ਕੋਈ ਸਾਡਾ ਜਿੰਨਾ ਨੁਕਸਾਨ ਹੁੰਦਾ, ਜਾਂ ਤਾਂ ਜਿਹੜੀ ਬਵੰਤਰ ਭੁਗਤਾਨ ਸਕੀਮ ਹੈ ਉਹਦੇ ਤਹਿਤ ਜਿੰਨਾ ਜਿੰਨੀ ਜਿਹੜਾ ਗੈਪ ਹੈ ਝੋਨੇ ਦਾ ਤੇ ਦੂਜੀ ਫਸਲ ਦਾ ਜਿਹਦੇ ਵੱਲ ਕਿਸਾਨ ਸ਼ਿਫਟ ਹੁੰਦਾ, ਉਹਦਾ ਉਹ ਜਿਹੜਾ ਡਿਫਰੈਂਸ ਆ ਉਹਦੇ 'ਤੇ ਸਰਕਾਰ ਜਾਂ ਕੋਈ ਸਾਡੇ ਨਾਲ ਇਹੋ ਜਿਹੀ ਕਮਿਟਮੈਂਟ ਤਾਂ ਕਰੇ ਕਿਸਾਨ ਨਾਲ ਵੀ ਜਿਹਦੇ ਲਈ। ਦੇਖੋ ਹੁਣ ਇੱਕ 2-4-5 ਕਿੱਲਿਆਂ ਵਾਲੇ ਕਿਸਾਨ ਦੀ ਇਨਕਮ ਸਟੇਕ 'ਤੇ ਲਾ ਕੇ ਉਹਨੇ 6 ਮਹੀਨੇ ਆਪਦੇ ਬੱਚੇ ਪਾਲਣੇ, ਪਰਿਵਾਰ ਪਾਲਣਾ ਉਸੇ ਇਨਕਮ ਤੋਂ, ਜੇ ਉਹਦੀ ਆਪਾਂ ਇਨਕਮ ਸਟੇਕ ਤੇ ਲਾ ਕੇ ਕਹਾਂਗੇ ਵੀ ਉਹ ਡਾਈਵਰਸੀਫਾਈ ਹੋ ਜੂ ਜਾਂ ਆਰਗੈਨਿਕ ਖੇਤੀ ਵੱਲ ਜਾ ਵੜੂਗਾ, ਉਹ ਇੰਪੋਸੀਬਲ ਹੈ। ਸੋ ਜਿੰਨਾ ਚਿਰ ਸਰਕਾਰ ਆਪਦੇ ਵੱਲੋਂ ਐਫਰਟ ਨਹੀਂ ਕਰਦੀ, ਜਿੰਨਾ ਚਿਰ ਕੋਈ ਇਨਸੈਂਟਿਵਸ ਨਹੀਂ ਦਿੰਦੀ, ਜਿੰਨਾ ਚਿਰ ਬੈਕ ਤੇ ਖੜਦੀ ਨਹੀਂ ਆ ਕੇ ਫਾਰਮਰ ਦੇ, ਉਹਨਾਂ ਚਿਰ ਮੈਨੂੰ ਨਹੀਂ ਲੱਗਦਾ ਇਹ ਪੋਸੀਬਲ ਹੈ। ਦਾਲਾਂ ਅਤੇ ਤੇਲ ਵਾਲੀ ਫਸਲਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਇਹਨੂੰ ਪ੍ਰਫੁੱਲਤ ਕੀਤਾ ਜਾਊਗਾ, ਇਹਦੇ ਵੱਲ ਵਧਿਆ ਜਾਊਗਾ ਕਿਉਂਕਿ ਦਾਲਾਂ ਲਗਾਤਾਰ ਐਕਸਪੋਰਟ ਹੋ ਰਹੀਆਂ ਬਾਹਰੋਂ, ਪਾਮ ਆਇਲ ਹੋ ਰਿਹਾ, ਹੋਰ ਵੀ ਜਿਹੜੇ ਤੇਲ ਹੁੰਦੇ ਨੇ ਉਹ ਵੀ ਬਾਹਰੋਂ ਐਕਸਪੋਰਟ ਹੋਏ ਨੇ, ਲਗਾਤਾਰ ਬਹੁਤ ਸਾਰੀ ਰਕਮ ਇਹ 'ਤੇ ਖਰਚ ਕੀਤੀ ਜਾ ਰਹੀ, ਉਹਦਾ ਵੀ ਜ਼ਿਕਰ ਹੋਇਆ? ਹਾਂ ਬਿਲਕੁਲ ਹੋਇਆ, ਉਹਦੇ 'ਚ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਨਵੇਂ 109 ਤਰ੍ਹਾਂ ਦੇ ਸੀਡ ਲੈ ਕੇ ਆਵਾਂਗੇ ਤਾਂ ਕਿ ਅਸੀਂ ਜਿਹੜੇ ਹੋਰ ਦਾਲਾਂ 'ਤੇ ਜਾਂ ਹੋਰ ਜਿਹੜੀ ਹੈਗੀ ਹੈ ਮੂੰਗੀ ਜਾਂ ਮੱਕੀ ਇਹਨੂੰ ਪ੍ਰਫੁੱਲਤ ਕਰੀਏ। ਬਿਲਕੁਲ ਠੀਕ ਹੈ, ਲੈ ਕੇ ਆਓ, ਪਰ ਕਿਤੇ ਇਹ ਗੱਲ ਹੋਈ ਵੀ ਅਸੀਂ ਉਹਨੂੰ ਬਾਏ ਵੀ ਕਰਾਂਗੇ? ਰੌਲਾ ਕਿੱਥੇ ਪੈਂਦਾ? ਕਿਸਾਨ ਨੇ ਹਰ ਫਸਲ ਅਜਮਾ ਕੇ ਵੇਖੀ, ਪਰ ਹੁੰਦਾ ਕੀ ਹੈ ਜਦੋਂ ਮੰਡੀ ਕਰਨ ਦੀ ਗੱਲ ਆਉਂਦੀ ਹੈ ਉਦੋਂ ਸਰਕਾਰ ਪੱਲਾ ਝਾੜ ਜਾਂਦੀ ਹੈ। ਇਸ ਬਜਟ ਦੇ ਵਿੱਚ ਵੀ ਉਹੀ ਹੋਇਆ, ਕਿਤੇ ਵੀ ਇਹ ਗੱਲ ਨਹੀਂ ਕਹੀ ਗਈ ਵੀ ਅਸੀਂ ਜੋ ਵੀ ਕਿਸਾਨ ਉਗਾਊਗਾ ਜੇ ਉਹ ਦਾਲਾਂ ਵੱਲ ਜਾਂਦਾ ਜਾਂ ਮੂੰਗੀ ਵੱਲ ਜਾਂਦਾ, ਮੱਕੀ ਵੱਲ ਜਾਂਦਾ, ਜਵਾਰ ਬਾਜਰਾ ਕਿਸੇ ਪਾਸੇ ਵੀ ਜਾਂਦਾ, ਸਰਕਾਰ ਉਹਨੂੰ ਬਾਏ ਕਰੂਗੀ, ਇਹ ਗੱਲ ਨਹੀਂ ਹੋਈ ਕਿ ਸ਼ੋਰਟੀ ਮੰਗ ਰਹੇ ਹੋ ਵੀ ਨਾਮ ਜਿਹੜੀ MSP ਨੂੰ ਲੀਗਲਾਈਜ਼ ਕਰਨ ਲੀਗਲ ਗਰੰਟੀ ਦੀ ਆ ਗਈ ਗੱਲ, ਉੱਥੇ ਗੱਲ ਉੱਥੇ ਆ ਕੇ ਰੁਕ ਜਾਂਦੀ ਹੈ ਵੀ ਜਿੰਨਾ ਚਿਰ ਇਹ ਚੀਜ਼ਾਂ ਨਹੀਂ ਕਰਦੀ ਸਰਕਾਰ ਉਹਨਾਂ ਚਿਰ ਇੱਕ ਅੰਕੜਿਆਂ ਨਾਲ ਖੇਡਣਾ, ਇੱਕ ਝੂਠੇ ਦਲਾਸੇ ਦੇਣੇ, ਉਹਦੇ ਨਾਲ ਇਹ ਪੋਸੀਬਲ ਨਹੀਂ ਜੀ।
ਇੱਕ ਕਿਸਾਨ ਕਾਰਡ ਦਾ ਜ਼ਿਕਰ ਹੋਇਆ ਪੰਜਾਬ ਦੇ ਵਿੱਚ ਤਾਂ ਖੈਰ ਚੱਲਦਾ ਹੈਗਾ, ਪਰ ਤਿੰਨ ਸੂਬਿਆਂ ਦੇ ਵਿੱਚ ਮੁੜ ਤੋਂ ਕਹਿੰਦੇ ਅਸੀਂ ਫਿਰ ਜਾਰੀ ਕਰ ਰਹੇ ਹਾਂ ਤਿੰਨ ਕਿਸਾਨ ਕ੍ਰੈਡਿਟ ਕਾਰਡ ਜਿਹੜਾ ਸੀਸੀ, ਅਤੇ ਉਹਦੇ ਵਿੱਚ ਉਹ ਕਹਿੰਦੇ ਤਿੰਨ ਸੂਬਿਆਂ ਦੇ ਵਿੱਚ ਲਾਗੂ ਕੀਤਾ ਜਾਊਗਾ। ਪਰ ਕਿਸਾਨ ਲਗਾਤਾਰ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਤਿੰਨ ਸੂਬਿਆਂ ਦੇ ਵਿੱਚ ਹੀ ਕਿਉਂ, ਬਾਕੀ ਸੂਬੇ ਵੀ ਬਚਦੇ ਨੇ, ਉਹਨਾਂ ਦੇ ਵਿੱਚ ਕਿਉਂ ਨਹੀਂ ਕੀਤਾ ਜਾ ਰਿਹਾ ਹੈਗਾ, ਇਹ ਕਿਤੇ ਨਾ ਕਿਤੇ ਭੇਦਭਾਵ ਹੋ ਰਿਹਾ ਹੈਗਾ। ਤੁਹਾਡਾ ਹੀ ਕਹਿਣਾ ਇਹਦੇ ਬਾਬਤ? ਦੇਖੋ ਜਿਹੜਾ KCC ਹੈ ਉਹਦਾ ਆਪਣੇ ਤਾਂ ਆਲਰੇਡੀ ਕ੍ਰੈਡਿਟ ਲਿਮਿਟ ਦੇ ਰਹੀ ਹੈ ਸਰਕਾਰ, ਹੈ ਨਾ, ਉਹਦੇ ਤੋਂ ਦੂਸਰੀ ਗੱਲ ਉਹਦੇ ਵਿੱਚ ਕੀ ਆਉਂਦਾ ਵੀ ਜਦੋਂ ਤੁਸੀਂ ਜਾਂ ਤਾਂ ਸਾਰੇ ਸੂਬਿਆਂ ਦੇ ਵਿੱਚ KCC ਦੇ ਦਿਓ, ਲਿਮਿਟ ਤਾਂ ਕਿਸਾਨ ਨੂੰ ਦੇ ਹੀ ਜਾਂਦੇ ਹੋ ਤੁਸੀਂ, ਉਹ ਯੂਜ਼ ਕਰ ਰਿਹਾ, ਪਰ ਹਾਲਾਤ ਇਹੋ ਜਿਹੇ ਹੋਏ ਪਏ ਆ ਵੀ ਕਿਸਾਨ ਤੋਂ ਲਿਮਿਟ ਤਾਰੀ ਨਹੀਂ ਜਾ ਰਹੀ, ਕਿਸਾਨ ਇਕੱਲਾ ਵਿਆਜ ਭਰ ਰਿਹਾ ਕਿਉਂਕਿ ਉਹਦੀ ਆਊਟਪੁੱਟ ਤਾਂ ਰਹੀ ਨਹੀਂ, ਇਨਕਮ ਉਹਦੀ ਡਿਕਰੀਜ਼ ਹੋਈ ਜਾਂਦੀ ਹੈ। ਫਿਰ ਜਿੰਨਾ ਬਜਟ ਦੇ ਵਿੱਚ ਆਪਾਂ ਗੱਲਬਾਤ ਵੇਖੀ, ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਿਵਾਏ ਕਿਸਾਨ ਤੋਂ, ਕਿਸੇ ਨੂੰ ਤਾਂ ਟੈਕਸ ਦੇ ਵਿੱਚ ਬੈਨੀਫਿਟ ਦਿੱਤਾ, ਕਿਸੇ ਨੂੰ ਕਹਿਤਾ ਵੀ ਤੁਹਾਨੂੰ ਜਿਹੜੀ ਆ ਛੋਟੀਆਂ ਇੰਡਸਟਰੀ ਆ ਉਹਨੂੰ ਅਸੀਂ ਪ੍ਰਫੁੱਲਿਤ ਕਰਾਂਗੇ। ਜਦੋਂ ਕਿਸਾਨ ਦੀ ਵਾਰੀ ਆਈ ਉੱਥੇ ਆ ਕੇ ਸਿਰਫ ਇੱਕ ਅੰਕੜਿਆਂ 'ਤੇ ਖੇਡਿਆ ਗਿਆ, ਨਾ ਹੀ ਕੋਈ, ਫਿਰ ਕਿਸਾਨ ਨੂੰ ਕਿਹਾ ਗਿਆ ਵੀ ਇਹਦਾ ਅਸੀਂ ਯੂਨੀਕ ID ਕਾਰਡ ਬਣਾ ਦਿਆਂਗੇ, ਪੰਜ ਸੂਬਿਆਂ ਦੇ ਵਿੱਚ ਅਸੀਂ ਸ਼ੁਰੂਆਤ ਕਰਨੀ ਹੈ। UID ਨਾਲ ਫਾਰਮਰ ਨੂੰ ਕੀ ਫਾਇਦਾ ਹੋਇਆ? ਮਤਲਬ ਆਪਾਂ ਬਜਟ ਦੇ ਵਿੱਚ ਕੁਛ ਵੀ ਜਿਹੜਾ ਡਿਜੀਟਲ ਤਰੀਕੇ ਨਾਲ ਕਹਿੰਦੇ ਆਪਾਂ ਡਿਜੀਟਲਾਈਜੇਸ਼ਨ ਨਾਲ ਵੱਧ ਰਹੇ ਹਾਂ, ਵੱਧ ਜੋ ਜ਼ਰੂਰ ਵਧਣਾ ਚਾਹੀਦਾ, ਜ਼ਮਾਨਾ ਡਿਜੀਟਲ ਦਾ, ਆਪਾਂ ਉੱਧਰ ਸ਼ਿਫਟ ਹੋਈਏ, ਪਰ ਤੁਸੀਂ ਇਹ ਤਾਂ ਦੱਸੋ ਵੀ ਜਿਹੜਾ ਐਂਡ 'ਤੇ ਆ ਕੇ ਫਾਰਮਰ ਖੜਾ ਹੈ ਉਹਨੂੰ ਇਹਦੇ ਨਾਲ ਕੀ ਬੈਨੀਫਿਟ ਹੋਊਗਾ। ਅੱਜ ਤੁਹਾਡਾ ਕਾਰਡ ਬਣਾਤਾ, ਕਾਰਡ 'ਤੇ ਸਾਰੀ ਤੁਹਾਡੀ ਫਸਲ ਆ ਗਈ, ਤੁਹਾਡੀ ਉਹ ਜਿਹੜੀ ਇਨਪੁੱਟ ਕੋਸਟ ਆ ਗਈ, ਤੁਸੀਂ ਜਿਹੜਾ ਕਹਿੰਦੇ ਹੁੰਦੇ ਫਸਲ ਬੀਜੀ ਉਹ ਆ ਗਈ, ਤੁਹਾਡੇ JFORM ਐਡ ਹੋ ਗਏ, ਤੁਹਾਡੇ ਲੋਨ ਐਡ ਹੋ ਗਏ, ਉਹਦੇ ਨਾਲ ਜਿਹੜਾ 2-4 ਕਿੱਲਿਆਂ ਵਾਲਾ ਕਿਸਾਨ ਹੈ ਉਹਨੂੰ ਬੈਨੀਫਿਟ ਤਾਂ ਦੱਸੋ ਕੀ ਹੋਇਆ। ਸਿਰਫ ਗੱਲਾਂ ਬਾਤਾਂ ਨਾਲ ਇਹ ਉਲਝਾਇਆ ਗਿਆ ਸਾਰਾ। ਕਿਸਾਨ ਇੱਕ ਜ਼ਿਕਰ ਹੋਰ ਵੀ ਕਰਦਾ, ਕਹਿੰਦੇ ਟੈਕਸ ਰਹਿਤ ਖੇਤੀ ਹੋਵੇ, ਕੋਈ ਵੀ ਟੈਕਸ ਕਿਸਾਨ ਨਾ ਭਰੇ, ਇਹ ਵੀ ਇੱਕ ਤਜਵੀਜ਼ ਹੋਣੀ ਚਾਹੀਦੀ। ਜੇ ਵਪਾਰੀਆਂ ਦਾ ਕਹਿੰਦੇ ਟੈਕਸ ਖਤਮ ਕੀਤਾ ਜਾ ਸਕਦਾ, ਵੱਡੇ ਵਪਾਰੀਆਂ ਦਾ ਖਤਮ ਕੀਤਾ ਜਾਂਦਾ, ਤਾਂ ਕਿਸਾਨ ਦਾ ਕਿਉਂ ਨਹੀਂ ਕੀਤਾ ਜਾ ਸਕਦਾ? ਬਿਲਕੁਲ, ਅਸੀਂ ਇਹੀ ਮੰਗ ਕੀਤੀ ਸੀ ਵੀ ਜਿੰਨੇ ਕਿਸਾਨ ਦਾ ਜੇ ਤੁਸੀਂ ਆਊਟਪੁੱਟ ਨਹੀਂ ਵਧਾ ਸਕਦੇ ਜਾਂ ਉਹਦੇ 'ਤੇ ਟਾਈਮ ਲੱਗ ਰਿਹਾ ਤੁਹਾਨੂੰ, ਤੁਸੀਂ ਕਹਿ ਰਹੇ ਹੋ ਵੀ ਸਾਡੇ ਕੋਲ ਅਜੇ ਸਫੀਸ਼ੀਐਂਟ ਅਮਾਊਂਟ ਨਹੀਂ, ਤੁਸੀਂ ਟੈਕਸ ਬੈਨੀਫਿਟਸ ਦੇ ਦਿਓ ਕਿਸਾਨ ਨੂੰ। ਦੇਖੋ ਇਨਡਾਇਰੈਕਟ ਟੈਕਸ ਤਾਂ ਕਿਸਾਨ ਵੀ ਦਿੰਦਾ, ਜੇ ਅੱਜ ਕੋਈ ਜਾ ਕੇ ਕੋਈ ਚੀਜ਼ ਬਾਏ ਕਰਦਾ ਉਹਦੇ 'ਤੇ GST ਲੱਗੀ ਹੈ, ਕਿਸਾਨ ਉਹ ਵੀ ਦਿੰਦਾ, ਜੇ ਸਵੇਰੇ ਕੋਈ ਸਾਬਣ ਵਰਤਦਾ ਉਹਦੇ 'ਤੇ ਵੀ ਟੈਕਸ ਲੱਗਿਆ ਉਹ ਵੀ ਦਿੰਦਾ। ਦੂਜੇ ਪਾਸੇ ਜਿੰਨੀ ਆਪਣੀ ਐਗਰੀਕਲਚਰ ਦੇ ਇੰਪਲੀਮੈਂਟਸ ਆ, ਜਿੰਨੀ ਇਨਪੁੱਟ ਹੈ, ਪੈਸਟੀਸਾਈਡ ਹੈ, ਸੀਡ ਹੈ, ਹਰ ਚੀਜ਼ 'ਤੇ GST ਹੈ, ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਉਹ GST 'ਚੋਂ ਕਿਸਾਨ ਨੂੰ ਆਜ਼ਾਦ ਕਰ ਦਿਓ। ਜੇ ਉਹ 14% ਹੈ ਜਾਂ ਜਿੰਨੀ ਵੀ ਹੈ, ਉਹ ਜੇ ਉਦੋਂ 5% ਵਾਲੀ ਸਲੈਬ 'ਤੇ ਲਿਆਓ, ਉਹਨੂੰ 2% ਵਾਲੀ ਸਲੈਬ 'ਤੇ ਲਿਆਓ, ਵੀ ਕਿਤੇ ਨਾ ਕਿਤੇ ਜੇ ਤੁਸੀਂ ਦੂਜੇ ਪਾਸੇ ਉਹ ਫਸਲ ਨਹੀਂ ਪੂਰੇ ਮੁੱਲ 'ਤੇ ਖਰੀਦ ਸਕਦੇ ਤਾਂ ਇਨਪੁੱਟ ਕੋਸਟ ਘਟਾ ਦਿਓ, ਉਹਦੇ 'ਤੇ ਵੀ ਕੋਈ ਗੱਲਬਾਤ ਨਹੀਂ ਹੋਈ। ਸੋ ਜੇ ਇਹ ਕਿਸਾਨਾਂ ਬਾਰੇ ਮੈਂ ਕਹੂੰਗਾ, ਨਾ ਤਾਂ ਪੰਜਾਬ ਬਾਰੇ ਬਜਟ ਹੈ, ਨਾ ਇਹ ਕਿਸਾਨਾਂ ਬਾਰੇ ਬਜਟ ਹੈ। ਆਪਾਂ ਜ਼ਿਕਰ ਕਰ ਰਹੇ ਸੀ, ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਕਿ ਮਾਲਵੇ ਦੇ ਵਿੱਚ ਪਹਿਲਾਂ ਜਿਹੜਾ ਕੋਟਨ ਦੀ ਖੇਤੀ ਹੁੰਦੀ ਸੀ, ਨਰਮਾ ਹੁੰਦਾ ਸੀਗਾ, ਉਹ ਘਟਦਾ ਨਜ਼ਰ ਆ ਰਿਹਾ, ਉਹਨੂੰ ਲੈ ਕੇ ਲਗਾਤਾਰ ਖੇਤੀਬਾੜੀ ਮੰਤਰੀ ਪੰਜਾਬ ਦੇ ਸ਼ਿਵਰਾਜ ਸਿੰਘ ਚੌਹਾਨ ਹੋਰਾਂ ਨਾਲ ਮੁਲਾਕਾਤ ਕਰ ਰਹੇ ਨੇ, ਕਹਿੰਦੇ ਕਿ ਫਸਲੀ ਵਿਭਿੰਨਤਾ ਲੈ ਕੇ ਆਈ ਜਾਊਗੀ, 7,000 ਤੱਕ ਕੋਸਟ ਰੱਖੀ ਜਾਊਗੀ, ਇਹ ਚਰਚਾ ਸੀਗੀ, ਪਰ ਇਹ ਵੀ ਕੁਛ ਨਹੀਂ ਇਹਦੇ ਵਿੱਚ ਦੇਖਣ ਨੂੰ ਮਿਲਿਆ, ਕੁਛ ਵੀ ਨਹੀਂ ਸੀਗਾ ਇਹਦੇ ਵਿੱਚ। ਬਿਲਕੁਲ, ਉਹਨਾਂ ਨੇ ਇੱਕ ਬਿਆਨ ਜ਼ਰੂਰ ਦਿੱਤਾ ਸੀ ਵੀ ਅਸੀਂ 7,000 ਰੁਪਇਆ ਦੇਵਾਂਗੇ, 298 ਕਰੋੜ ਕਿੰਨਾ ਸਾਡੇ ਕੋਲ ਆ ਗਿਆ, ਮਿਸ਼ਨ ਕੋਟਨ ਵੀ
ਜਾ ਸਕਦਾ ਹੈ, ਇਹਦੇ ਵੀ ਚਰਚੇ ਸੀ, ਉਹਦੇ ਬਾਰੇ ਵੀ ਗੱਲਬਾਤ ਨਹੀਂ ਹੋਈ। ਸੋ ਕਿਸੇ ਪਾਸੇ ਜਦੋਂ ਐਗਰੀਕਲਚਰ ਦੀ ਫੀਲਡ ਆਉਂਦੀ ਹੈ, ਕਲੈਰਟੀ ਨਹੀਂ ਸਾਨੂੰ ਮਹਿਸੂਸ ਹੋਈ ਵੀ ਕਿਸੇ ਤਰ੍ਹਾਂ ਵੀ ਕਿਸੇ ਚੀਜ਼ 'ਤੇ ਸਾਨੂੰ ਕਲੈਰਟੀ ਹੋਵੇ। ਤੀਸਰੀ ਗੱਲ, ਜੇ ਹੁਣ 7000 ਦੇ ਵੀ ਦਿੰਦੇ ਆ, 7000 ਨਾਲ, ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ 7000 ਨਾਲ ਕਿਸਾਨ ਨੂੰ ਇਸ ਚੀਜ਼ 'ਚੋਂ ਕੱਢਣਾ, ਕਿਸਾਨ ਦੀ ਇਨਕਮ ਨੂੰ ਸਟੇਕ 'ਤੇ ਲਾ ਕੇ ਆਪਾਂ ਉਹਦੇ 'ਤੇ ਕਹਿੰਦੇ ਹੁੰਦੇ ਵੀ ਉਹ ਸਾਰਾ ਕੁਛ ਕਿਸਾਨ ਆਪਦੇ 'ਤੇ ਕਿਵੇਂ ਜਰ ਲਏ। ਅੱਜ ਪਾਣੀ ਦੀ ਗੱਲ ਆਉਂਦੀ ਹੈ ਜਾਂ ਆਪਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ, ਅਖੀਰ ਆਪਾਂ ਕਿਸਾਨ ਦੇ ਸਿਰ 'ਤੇ ਆ ਕੇ ਕਿਉਂ ਭਾਂਡਾ ਫੋੜ ਦਿੰਦੇ ਹਾਂ? ਕਿਉਂ ਨਹੀਂ ਆਪਾਂ ਬਾਕੀ ਜਿਹੜੇ ਅਧਾਰੇ ਆ ਉਹਨਾਂ ਨੂੰ ਵੀ ਕਹੀਏ, ਉਹਨਾਂ 'ਤੇ ਆਪਾਂ ਰੋਕਥਾਮ ਲਾਈਏ, ਜਾਂ ਆਪਣੇ ਜਿੰਨੇ ਇੰਡਸਟਰੀ ਜੇ ਬੈਠੀ ਹੈ ਇੰਡਸਟਰੀ ਦਾ ਇੱਕ ਪਾਣੀ ਦੀ ਲਿਮਿਟ ਕਰੀਏ ਯੂਜ਼ ਕਰਨ ਦੀ, ਜਾਂ ਜਿਹੜਾ ਉਹ ਗਰਾਊਂਡ ਵਾਟਰ ਜਿਹੜਾ ਆਪਣਾ ਪਲਿਊਟ ਹੋ ਰਿਹਾ ਉਹਦੇ ਬਾਰੇ, ਉਹ ਕੋਈ ਵੀ ਕਰ ਰਿਹਾ ਹੈ, ਬੀ ਸੀ ਕੋਈ ਕਰ ਰਿਹਾ, ਪਰ ਜੇ ਉਹ ਚਲੋ ਪਲਿਊਟ ਹੋ ਰਿਹਾ ਤਾਂ ਆਪਾਂ ਉਹਨੂੰ ਜੇ ਰੀਯੂਜ਼ ਕਰਨਾ ਤਾਂ ਕੁਛ ਨਾ ਕੁਛ ਇਹੋ ਜਿਹੇ ਕਦਮ ਉਠਾਉਣੇ ਚਾਹੀਦੇ ਹੈ ਵੀ ਉਹ ਰੀਯੂਜ਼ੇਬਲ ਹੋ ਜਾਏ, ਆਪਾਂ ਉਹਨੂੰ ਵੇਸਟ ਨਾ ਕਰੀਏ। ਪਰ ਅੱਜ ਵਾਲੇ ਬਜਟ ਦੇ ਵਿੱਚ ਇਹੋ ਜਿਹੀ ਕੋਈ ਤਰਜੀਬ ਨਹੀਂ ਰੱਖੀ ਗਈ। ਬਾਕੀ ਕਮਿੰਗ ਜਿਵੇਂ ਇੱਕ ਅੱਧਾ ਦਿਨ ਪਾਸ ਹੁੰਦਾ, ਕੁਛ ਇਹ ਸੋਧਾਂ ਕਰਕੇ ਪੇਸ਼ ਕਰਦੇ ਹੁੰਦੇ ਆ, ਸ਼ਾਇਦ ਉਹਦੇ ਵਿੱਚ ਕੋਈ ਨਾ ਕੋਈ ਹੋਰ ਨਵੀਂ ਚੀਜ਼ ਆ। ਕੁਦਰਤੀ ਖੇਤੀ ਦਾ ਜ਼ਿਕਰ ਹੋਇਆ ਸੀ, ਕੁਦਰਤੀ ਖੇਤੀ ਕਿਵੇਂ ਹੋਊਗੀ ਜੇ ਤੁਸੀਂ ਫਸਲੀ ਵਿਭਿੰਨਤਾ ਅਤੇ ਕੁਦਰਤੀ ਖੇਤੀ ਨੂੰ ਜੇ ਆਪਸ ਦੇ ਵਿੱਚ ਜੋੜਿਆ ਜਾਵੇ? ਤਾਂ ਉਹ ਕਹਿ ਰਹੇ ਨੇ ਕਿ ਕੁਦਰਤੀ ਖੇਤੀ ਹੋਊਗੀ ਤਾਂ ਨੋਨ ਪੋਲਿਊਟਿਵ ਹੋਊਗੀ। ਇਹਦੇ ਵਿੱਚ ਕੀ ਖਾਸ ਰਹੂਗਾ ਕਿ ਕਿਸਾਨਾਂ ਨੂੰ ਕੋਈ ਇਹਦੇ 'ਤੇ ਕੋਈ ਪੈਸਾ ਦਿੱਤਾ ਜਾਊਗਾ, ਕੋਈ ਸਬਸਿਡੀ ਦਿੱਤੀ ਜਾਊਗੀ, ਜਾਂ ਕੋਈ ਅਲੱਗ ਤੋਂ ਕੋਈ ਅਮਾਊਂਟ ਦਿੱਤੀ ਜਾਊਗੀ ਜਿਹੜਾ ਕਿਸਾਨ ਕੁਦਰਤੀ ਖੇਤੀ ਕਰਦਾ? ਦੇਖੋ ਇਹਦਾ ਇਹਦੇ 'ਤੇ ਅਜੇ ਕਲੈਰਟੀ ਨਹੀਂ ਆਈ, ਪਰ ਪੋਸੀਬਲ ਇਹ ਉਹੀ ਹੈ, ਉਦੋਂ ਹੀ ਹੈ ਵੀ ਜਦੋਂ ਆਪਾਂ ਕਿਸੇ ਏਕੜ ਦੀ, ਜੇ ਮੇਰੇ ਕੋਲ 2 ਏਕੜ ਮੈਂ ਕੁਦਰਤੀ ਖੇਤੀ ਵੱਲ ਸ਼ਿਫਟ ਕਰਨਾ ਚਾਹੁੰਦਾ, ਤਾਂ 2 ਏਕੜ ਦੀ ਇੱਕ ਵਾਜਬੀ ਇਨਕਮ ਹੋਵੇ ਪਹਿਲਾਂ ਡਿਫਾਈਨ ਹੋ ਜੇ ਵੀ ਤੁਸੀਂ ਇਹਦੇ 'ਤੇ ਕੁਦਰਤੀ ਖੇਤੀ ਕਰੋ। ਤੁਹਾਡੇ ਭਾਵਾਂ 10,000 ਦੀ ਫਸਲ ਹੋਵੇ, ਤੁਹਾਡੇ 20,000 ਦੀ ਫਸਲ ਹੋਵੇ, ਜੋ ਫਸਲ ਤੁਹਾਡੇ ਗੁਆਂਢੀ ਦੇ ਹੋਈ ਹੈ, ਜਿੰਨੇ ਹਜ਼ਾਰ ਦੀ, 25-30, 50,000, 60,000 ਦੀ, ਜਿੰਨੀ ਤੁਹਾਡੀ ਘੱਟ ਹੋਈ ਉਨੀ ਸਰਕਾਰ ਉਹਦੀ ਭਰਪਾਈ ਕਰੂਗੀ, ਤਾਂ ਪੋਸੀਬਲ ਹੈ। ਜਾਂ ਇਹ ਇਸ ਤਰ੍ਹਾਂ ਪੋਸੀਬਲ ਹੈ ਵੀ ਜਿੰਨੀ ਤੁਹਾਡੀ ਪੇਂਡੂ ਜਿਹੜੀ ਆਪਣੇ ਖਾਸ ਕਰ ਪੰਚਾਇਤੀ ਜ਼ਮੀਨ ਹੈ, ਪੰਚਾਇਤੀ ਜ਼ਮੀਨਾਂ 'ਤੇ ਇਹਨੂੰ ਸਟਾਰਟ ਕੀਤਾ ਜਾਵੇ ਉਹਦੇ 'ਤੇ ਸਰਕਾਰ ਆਪ ਕਰ ਲਏ, ਜਾਂ ਉਹਦੇ 'ਤੇ ਕੋਈ ਬੰਦੇ ਲਾ ਕੇ ਕਰ ਲਏ, ਜਾਂ ਉਹਦੇ 'ਤੇ ਠੇਕੇ ਨੂੰ ਮਾਫ਼ ਕਰਕੇ ਕਰਾ ਲਏ, ਵੀ ਇੱਕ ਪਹਿਲ ਤਾਂ ਸਰਕਾਰ ਨੂੰ ਹੀ ਕਰਨੀ ਪੈਣੀ ਹੈ। ਇਕੱਲੇ ਕਿਸਾਨ 'ਤੇ ਜੇ ਆਪਾਂ ਸਾਰਾ ਕੁਛ ਛੱਡੀ ਜਾਵਾਂਗੇ ਉਹ ਇੰਪੋਸੀਬਲ ਹੈ। ਇੱਕ ਪਿੱਛੇ ਜੇ ਗੱਲ ਵੀ ਚੱਲੀ ਸੀਗੀ ਕਿ ਵਰਲਡ ਟ੍ਰੇਡ ਔਰਗਨਾਈਜੇਸ਼ਨ ਦੇ ਵਿੱਚ ਵੀ ਇਹ ਚਰਚਾ ਹੋਇਆ ਸੀਗਾ ਕਿ ਕਿਸਾਨ ਆ ਜਿਹੜਾ ਕਹਿੰਦੇ ਉਹ ਪੋਲਿਊਟਡ ਖੇਤੀ ਕਰਦਾ, ਅਤੇ ਜੇ ਕੋਆਪਰੇਟਿਵ ਅਦਾਰਿਆਂ ਦੇ ਕੋਲ ਆਊਗੀ ਕਹਿੰਦੇ ਖੇਤੀ, ਉਹ ਕਹਿੰਦੇ ਕੁਦਰਤੀ ਖੇਤੀ ਕਰੇਗਾ, ਉਹਦੇ 'ਚ ਕਹਿੰਦੇ ਉਹ ਪੋਲਿਊਟਡ ਨਹੀਂ ਹੋਊਗੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਵਾਕਈ ਇਹ ਗੱਲ ਸੱਚ ਹੈ? ਕੁਛ ਕਿਸਾਨ ਕਿਉਂ ਚਾਹੂਗਾ ਵੀ ਉਹ ਆਪਦੀ, ਪਹਿਲੀ ਗੱਲ ਉਹਦੀ ਇਨਪੁੱਟ ਕੋਸਟ ਵੱਧਦੀ ਹੈ ਜੇ ਉਹ ਖੇਤੀ 'ਤੇ ਜ਼ਿਆਦਾ ਪੈਸਟੀਸਾਈਡ ਜਾਂ ਫਰਟੀਲਾਈਜ਼ਰ ਯੂਜ਼ ਕਰਦਾ, ਅਤੇ ਕਿਉਂ ਉਹ ਚਾਹੂਗਾ ਵੀ ਮੈਂ ਆਪਦੀ ਇਨਪੁੱਟ ਕੋਸਟ ਵਧਾਵਾਂ ਜਦੋਂ ਕੋਈ ਹੱਲ ਨਹੀਂ ਰਹਿੰਦਾ? ਦੇਖੋ ਬੀਟੀ ਕੋਟਨ ਆਇਆ, ਉਦੋਂ ਕੀ ਕਹਿ ਕੇ ਲਿਆਂਦਾ ਗਿਆ ਸੀ ਵੀ ਤੁਸੀਂ 15-20 ਸਪਰੇਆਂ ਕਰਦੇ ਹੋ ਨਰਮੇ 'ਤੇ, ਤੁਸੀਂ ਬੀਟੀ ਕੋਟਨ ਯੂਜ਼ ਕਰੋ, ਤੁਹਾਨੂੰ 1-2 ਸਪਰੇਆਂ ਕਰਨੀਆਂ ਪੈਣੀਆਂ ਅਤੇ ਕੋਈ ਸੁੰਡੀ ਨਹੀਂ ਪੈਣੀ। 1 ਸਾਲ ਹੀ ਉਹ ਚੱਲਿਆ, ਉਦੋਂ ਬਾਅਦ ਉਹਦੇ 2-4 ਹੋ ਗਈਆਂ, 4-8 ਹੋ ਗਈਆਂ, ਅੱਜ ਹੁਣ 10-12-15 ਸਪਰੇਆਂ ਕਰਨੀਆਂ ਪੈਂਦੀਆਂ। ਸੋ ਕਿਸਾਨ ਤਾਂ ਤੁਸੀਂ ਕੁਦਰਤੀ ਖੇਤੀ, ਤੁਸੀਂ ਜੇ ਕਿਸੇ ਕੰਪਨੀ ਨੂੰ ਕਹਿੰਦੇ ਆ ਕੁਦਰਤੀ ਖੇਤੀ, ਉਹ ਫਿਰ ਭਾਅ ਵੀ ਉਹ ਰੱਖਦੇ ਨਾ। ਤੁਸੀਂ ਅੱਜ ਕਿਸੇ ਸਟੋਰ ਤੇ ਜਾ ਵੜੋ, ਰਿਟੇਲ ਸਟੋਰ ਤੇ, ਇੱਕ ਪਾਸੇ ਤਾਂ ਦਾਲ ਪਈ ਹੈ ਜਿਹੜੀ 100 ਰੁਪਏ ਹੈ, 100 ਰੁਪਏ, ਦੂਜੇ ਪਾਸੇ ਦਾਲ ਪਈ ਹੈ 300 ਰੁਪਏ, ਇੱਕ ਔਰਗੈਨਿਕ ਕਹਿ ਦਿੰਦੇ, ਇੱਕ ਔਰਗੈਨਿਕ ਕਹਿੰਦੇ ਕੋ ਕਹਿ ਦਿੰਦੇ। ਹੁਣ ਔਰਗੈਨਿਕ ਦਾ ਫੰਡਾ ਨਹੀਂ ਆਪਾਂ ਨੂੰ ਪਤਾ ਵੀ ਕੀ ਉਹਦੇ 'ਚ ਯੂਜ਼ ਕਰ ਸਕਦੇ ਕੀ ਨਹੀਂ ਕਰ ਸਕਦੇ, ਪਰ 3 ਗੁਣਾ ਤਾਂ ਹੋ ਗਿਆ ਨਾ, ਕਿਸਾਨ ਨੂੰ 3 ਗੁਣਾ ਪੈਸੇ ਦੇ ਦਿਓ। ਅੱਜ ਜੇ ਕਣਕ ਦਾ ਰੇਟ 2300 ਰੁਪਏ ਹੈ, ਸਾਨੂੰ ਦੇ ਦਿਓ 3 ਗੁਣਾ ਕਰਕੇ, ਅਸੀਂ ਕੁਦਰਤੀ ਖੇਤੀ ਵੱਲ ਜਾ ਵੜਦੇ ਹਾਂ, ਪਰ ਕੁਛ ਦਿਓ ਤਾਂ ਸਹੀ ਨਾ। ਕਿਸਾਨ ਨੂੰ ਤਾਂ ਇਕੱਲੀਆਂ ਦੌਮਤਾਂ ਦੇ ਰਹੇ,
ਕੁਛ ਚੀਜ਼ਾਂ ਬਾਹਰੋਂ ਵੀ ਐਕਸਪੋਰਟ ਹੁੰਦੀਆਂ, ਕਹਿੰਦੇ ਕੁਦਰਤੀ ਖੇਤੀ ਕਹਿ ਕੇ ਜਿਵੇਂ ਕੋਈ ਤੇਲ ਹੁੰਦਾ ਗਾ ਉਹ ਬਾਹਰੋਂ ਇੰਪੋਰਟ ਕਰਦੇ ਆ ਅਤੇ ਇੱਥੇ ਉਹਨੂੰ ਔਰਗੈਨਿਕ ਕਹਿ ਕੇ ਵੇਚਦੇ ਆ, ਉਹ ਦੂਜਾ ਭਾਅ ਹੁੰਦਾ ਉਹਦਾ ਵੱਖਰਾ ਹੀ ਹੁੰਦਾ। ਜਿਵੇਂ ਤੁਸੀਂ 100 ਦਾ ਜ਼ਿਕਰ ਕੀਤਾ ਉਹ 300 ਦਾ ਮਿਲਣਾ। 300 ਦਾ ਹੁਣ ਤੁਸੀਂ ਇੱਕ ਹੋਰ ਇਹਦੇ 'ਚ ਆਪਾਂ ਉਦਣ ਵੀ ਗੱਲ ਕੀਤੀ ਸੀ ਵੀ ਆਪਾਂ ਤਕਰੀਬਨ $18 billion ਇਕੱਲੀ ਸ਼ਿਪਮੈਂਟ 'ਤੇ ਲਾਉਂਦੇ ਹਾਂ, ਢੋਆ ਢੁਆਈ 'ਤੇ, ਜਿਹੜਾ ਆਪਾਂ ਕਿਰਾਇਆ ਕਹਿੰਦੇ ਹਾਂ, ਕਿਰਾਇਆ ਦਿੰਦੇ ਹਾਂ ਵੀ ਬਾਹਰੋਂ ਆਪਾਂ ਐਡੀਬਲ ਆਇਲ ਅਤੇ ਜਿਹੜੀਆਂ ਪਲਸਿਸ ਲੈ ਕੇ ਆਉਂਦੇ ਹਾਂ, $18 billion ਇੱਕ ਵੱਡੀ ਅਮਾਊਂਟ ਬਣ ਜਾਂਦੀ ਹੈ। ਉਹ ਅਮਾਊਂਟ ਇੱਥੇ ਯੂਜ਼ ਕਰ ਲਓ, ਆਪਣੇ ਸਾਰਾ ਕੁਛ ਗਰੋ ਹੁੰਦਾ, ਤੁਸੀਂ ਫਾਰਮਰ ਨੂੰ ਦਿਓ ਤਾਂ ਸਹੀ, ਜੇ ਮਤਲਬ ਕਿ ਉਹਨੂੰ ਤੁਸੀਂ ਖੁੱਲ੍ਹਾ ਦਿਓਗੇ ਵੀ ਅਸੀਂ ਤੇਰੇ ਪਿੱਛੇ ਖੜੇ ਹਾਂ, ਬੈਕ 'ਤੇ ਖੜੇ ਹਾਂ, ਜੇ ਕੱਲ੍ਹ ਨੂੰ ਤੇਰਾ ਕੋਈ ਨੁਕਸਾਨ ਹੁੰਦਾ ਸਰਕਾਰ ਭਰਪਾਈ ਕਰੂਗੀ, ਸਾਰਾ ਕੁਛ ਇੱਥੇ ਗਰੋ ਹੋ ਜੂਗਾ। ਕਿਉਂ ਆਪਾਂ ਅਦਰ ਕੰਟਰੀਜ਼ ਨੂੰ ਆਪਦਾ ਪੈਸਾ, ਆਪਦੀ ਕੰਟਰੀ ਦਾ ਪੈਸਾ ਦੂਜੇ ਪਾਸੇ ਲੈ ਕੇ ਜਾਣਾ? ਤੀਜੀ ਗੱਲ, ਅੱਜ ਇੱਕ ਇਕਨੋਮਿਕ ਸਰਵੇ ਵੀ ਆਇਆ, ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਗਿਆ ਵੀ ਜੇ ਐਗਰੀਕਲਚਰ ਨੂੰ ਬੂਸਟ ਕਰਾਂਗੇ ਤਾਂ ਇੰਡੀਆ ਦੀ ਇਕਨੋਮੀ ਬੂਸਟ ਹੋਊਗੀ, ਬੂਸਟ ਹੋਊਗੀ। ਉਹਦੇ 'ਚ ਨਾਲ ਇਹ ਵੀ ਕਿਹਾ ਗਿਆ ਚਾਈਨਾ ਦੀ ਤਰਜੀਹ ਦਿੱਤੀ ਹੈ ਵੀ ਚਾਈਨਾ ਨੇ 1978 ਤੋਂ ਸ਼ੁਰੂ ਕੀਤਾ ਸੀ ਅਤੇ 1984 'ਚ 6 ਸਾਲਾਂ ਦੇ ਵਿੱਚ ਉਹਨਾਂ ਨੇ ਫਾਰਮਰ ਦੀ ਇਨਕਮ ਦੁੱਗਣੀ ਕਰਤੀ ਸੀ। ਨਾਲ ਹੀ ਚਾਈਨਾ ਨੇ ਇਹ ਕੀਤਾ ਸੀਗਾ ਵੀ ਜਿੰਨਾ ਉਹਦੇ ਕੋਲ ਮਾਰਜਨਲ ਫਾਰਮਰ ਸੀ ਉਹਨੂੰ ਇੰਨੇ ਇਨਸੈਂਟਿਵ ਦੇਤੇ ਸੀਗੇ ਅਤੇ ਉਹਦੀ ਜਿਹੜੀ ਕ੍ਰੋਪ ਦੀ ਵੈਲਿਊ ਇੰਨੀ ਦੇਤੀ ਸੀਗੀ ਵੀ ਉਹਦੇ ਕੋਲ ਬਾਇੰਗ ਲਈ ਪੈਸੇ ਆ ਗਏ ਸੀ ਅਤੇ ਫਾਰਮਰ ਕੋਲ ਜੇ ਪੈਸੇ ਆਊਗਾ ਉਹ ਮਾਰਕੀਟ ਦੇ ਵਿੱਚ ਹੀ ਜਾ ਕੇ ਲਾਉਣਾ, ਜਦੋਂ ਮਾਰਕੀਟ ਦੇ ਵਿੱਚ ਪੈਸਾ ਲੱਗੂਗਾ ਫਾਰਮਰ ਦਾ ਕੋਈ ਨਾ ਕੋਈ ਚੀਜ਼ ਖਰੀਦੂਗਾ ਉਹ, ਤਾਂ ਇਕੋਨਮੀ ਆਪਣੀ ਆਪੇ ਸਟਰੋਂਗ ਹੋ ਜੂਗੀ। ਇਹ ਤਰਜੀਹ ਦਿੱਤੀ ਹੈ ਇਕਨੋਮਿਕ ਸਰਵੇ ਨੇ ਇਸ ਵਾਰ ਦੇ 2024-25 ਦੇ। ਹੁਣ ਇਹਨੂੰ ਇੰਪਲੀਮੈਂਟ ਸਰਕਾਰ ਕਰਦੀ ਹੈ ਨਹੀਂ ਕਰਦੀ ਉਹ ਅਜੇ ਬਾਅਦ ਦੀ ਗੱਲ। ਸਵਾਮੀਨਾਥਨ ਕਮਿਸ਼ਨ ਦਾ ਮੁੜ ਜ਼ਿਕਰ ਹੁੰਦਾ ਗਾ, ਕੋਈ ਕਿਸਾਨ ਕਰਦਾ, ਕੋਈ ਕਾਂਗਰਸ ਦਾ ਲੀਡਰ ਕਰਦਾ, ਸਵਾਮੀਨਾਥਨ ਕਮਿਸ਼ਨ ਦੁਆਰਾ ਦੁਆਰਾ ਚਰਚਾ ਚ ਆਉਂਦਾ, ਉਹਦਾ ਕੋਈ ਇਲੈਕਸ਼ਨ ਵੇਲੇ ਵੀ ਆਉਂਦਾ, ਹੁਣ ਵੀ ਜ਼ਿਕਰ ਹੋਇਆ ਸੀ ਕੁਛ ਲੀਡਰਾਂ ਵੱਲੋਂ ਕਿਹਾ ਸਵਾਮੀਨਾਥਨ ਕਮਿਸ਼ਨ ਦੀ ਜੋ ਸਿਫਾਰਿਸ਼ਾਂ ਸੀ ਉਹਨੂੰ ਲਾਗੂ ਕੀਤਾ ਜਾਵੇ, MSP ਦੀ ਗਰੰਟੀ ਦੀ ਗੱਲ ਕਰਦੇ ਹੋ, ਦੁਆਰੇ ਦੁਆਰੇ ਉਹੀ ਗੱਲਾਂ ਦੁਆਰੇ ਚੱਲਣ ਲੱਗ ਜਾਂਦੀ ਜਦੋਂ ਓਪੋਜੀਸ਼ਨ ਚੱਕਦੀ। ਤੁਸੀਂ ਕਿਵੇਂ ਵੇਖ ਰਹੇ ਹੋ, ਫਿਰ ਨਹੀਂ ਚਰਚਾ, ਫਿਰ ਭਾਜਪਾ ਵੱਲੋਂ ਉਹ ਨਹੀਂ ਲੈ ਕੇ ਆਏ ਗਏ ਬਜਟ ਦੇ ਵਿੱਚ, ਨਹੀਂ ਗੱਲਾਂ ਰੱਖੀਆਂ ਗਈਆਂ, MSP ਦੀ ਗਰੰਟੀ ਮੁੱਖ ਤੌਰ 'ਤੇ ਮੰਗ ਰਹੇ ਸੀਗੇ, ਨਾਲ ਅਗਰ ਫਸਲੀ ਵਿਭਿੰਨਤਾ ਚਾਹ ਰਹੇ ਨੇ ਤਾਂ ਜਿਸ ਤਰੀਕੇ ਨਾਲ ਵੈਦਰ ਦੀ ਜੋ ਕੰਡੀਸ਼ਨਸ ਆ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਜਿਵੇਂ ਪ੍ਰਧਾਨ ਮੰਤਰੀ ਦੀ ਜੋ ਬੀਮਾ ਯੋਜਨਾ ਉਹ ਲਾਗੂ ਕੀਤੀ ਜਾਵੇ, ਕਿਵੇਂ ਓਵਰਆਲ ਕਿਵੇਂ ਵੇਖ ਰਹੇ ਹੋ? ਦੇਖੋ ਜੇ ਇੱਕ ਤਾਂ ਕ੍ਰੋਪ ਇੰਸ਼ੋਰੈਂਸ ਆਪਣੇ ਪੰਜਾਬ ਦੇ ਵਿੱਚ ਅਜੇ ਤੱਕ ਲਾਗੂ ਨਹੀਂ ਕੀਤੀ, ਕਿਉਂਕਿ ਸਰਕਾਰ ਕਿਤੇ ਨਾ ਕਿਤੇ ਜਿਹੜਾ ਉਹਦਾ ਇੱਕ ਇਹਨਾਂ ਨੇ ਕੀ ਕੀਤਾ, ਕਲਸਟਰ ਬਣਾ ਤੇ ਵੀ ਜਿਵੇਂ 10 ਪਿੰਡਾਂ ਦਾ ਇੱਕ ਕਲਸਟਰ ਬਣਾ ਤਾ, ਜੇ ਉਹ ਕਲਸਟਰ ਦੇ ਵਿੱਚ ਫਸਲ ਜਿੰਨੀ ਖਰਾਬ ਹੋਊਗੀ, 5% ਖਰਾਬ ਹੋਈ, 10% ਖਰਾਬ ਹੋਈ, ਉਸ ਹਿਸਾਬ 'ਤੇ ਤੁਹਾਨੂੰ ਕੰਪਨਸੇਸ਼ਨ ਮਿਲਣੀ ਹੈ। ਹਾਲਾਂਕਿ ਹੁਣ ਇਹ ਚਾਹੀਦਾ ਕਿੱਲੇ ਬਾਏ ਕਿੱਲੇ, ਜੇ ਆਪਾਂ 1 ਕਿੱਲੇ ਦੀ ਇੰਸ਼ੋਰੈਂਸ ਪੇ ਕਰਦੇ ਹਾਂ ਤਾਂ ਉਸੇ ਕਿੱਲੇ ਦਾ, ਜੇ ਭਾਵਾਂ ਜਿੱਥੇ ਭਾਵਾਂ ਸਾਰੇ ਪਿੰਡ ਦੇ ਵਿੱਚੋਂ 1 ਕਿੱਲਾ ਫਸਲ ਖਰਾਬ ਹੋਵੇ, ਪਰ ਉਹਦੀ ਕੰਪਨਸੇਸ਼ਨ ਤਾਂ ਮਿਲਣੀ ਚਾਹੀਦੀ ਹੈ ਇਹਦੇ ਕਰਕੇ। ਦੂਸਰੀ ਗੱਲ, ਗਵਰਨਮੈਂਟ ਕਹਿੰਦੀ ਵੀ ਫਾਰਮਰ ਇਹਦੇ ਵਿੱਚ ਪਾਰਟੀਸਪੇਟ ਕਰੇ, ਕੁਛ ਪੈਸੇ ਦੇਵੇ, ਪਰ ਫਾਰਮਰ ਇੰਨਾ ਕੈਪੇਬਲ ਹੀ ਨਹੀਂ ਵੀ ਉਹ ਕ੍ਰੋਪ ਇੰਸ਼ੋਰੈਂਸ ਦੇ ਦੇ। ਹਰਿਆਣਾ ਗਵਰਨਮੈਂਟ ਕਰ ਹੀ ਰਹੀ ਹੈ, ਪੰਜਾਬ ਗਵਰਨਮੈਂਟ ਨੂੰ ਇਸ ਤਰਜੀਹ 'ਤੇ ਕੰਮ ਕਰਨਾ ਚਾਹੀਦਾ। ਜਦੋਂ ਗੱਲ ਆਉਂਦੀ ਹੈ ਵੀ ਆਪਾਂ, ਪਰ ਇਹਦੇ 'ਚ ਇਹ ਵੀ ਜ਼ਿਕਰ ਹੁੰਦਾ ਕਿ ਜਦੋਂ ਪੈਸੇ ਦੇਣ ਦੀ ਗੱਲ ਆਉਂਦੀ ਹੈ, ਜਦੋਂ ਸਾਰੇ ਪਿੰਡਾਂ ਦੀ ਫਸਲਾਂ ਖਰਾਬ ਹੋ ਜਾਂਦੇ ਉਦੋਂ ਕਹਿੰਦੇ ਕੰਪਨੀ ਵਾਲੇ ਭੱਜਦੇ ਆ, ਉਦੋਂ ਫਿਰ ਪ੍ਰੈਸ਼ਰ ਪੈਂਦਾ। ਇਹ ਵੀ ਹਰਿਆਣੇ ਦੇ ਵਿੱਚ ਹੋਇਆ, ਹਰਿਆਣੇ ਦੇ ਵਿੱਚ ਕੀ ਹੋਇਆ ਵੀ ਇਹ ਇੱਕ ਕੁਛ ਏਰੀਆ ਜਿੱਥੇ ਪਿਛਲੇ 2-3 ਸਾਲਾਂ ਤੋਂ ਫਸਲ ਖਰਾਬ ਹੋ ਰਹੀ ਸੀ, ਲਗਾਤਾਰ ਖਰਾਬ ਹੋ ਰਹੀ ਸੀ, ਅਤੇ ਜਦੋਂ ਕੰਪਨਸੇ ਅਗਲੀ ਵਾਰ ਕ੍ਰੋਪ ਇੰਸ਼ੋਰੈਂਸ ਦੀ ਗੱਲ ਆਈ ਅਤੇ ਉਹਨਾਂ ਨੇ, ਕੰਪਨੀ ਨੇ ਉਹਨਾਂ ਏਰੀਆ ਛੱਡਤਾ, ਉਹ ਕਹਿੰਦੇ ਵੀ ਇਸ ਏਰੀਏ 'ਤੇ ਅਸੀਂ ਕ੍ਰੋਪ ਇੰਸ਼ੋਰੈਂਸ ਕਰਨੀ ਨਹੀਂ। ਉਹ ਰੀਜ਼ਨ ਪੁੱਛਿਆ ਗਿਆ, ਕਹਿੰਦੇ ਇੱਥੇ ਵਾਰ ਵਾਰ ਸਾਨੂੰ ਪੈਸੇ ਦੇਣੇ ਪੈ ਰਹੇ ਆ ਅਤੇ ਜਿਹੜਾ ਬਾਕੀ ਪਾਸਿਓਂ ਬਚਾ ਰਹੇ ਆ ਉਹਦਾ ਕੁਛ ਨਹੀਂ, ਜਿੱਥੇ ਦੇਣੇ ਪੈ ਗਏ। ਦੇਖੋ, ਇੰਸ਼ੋਰੈਂਸ ਆਪਾਂ ਕਦੋਂ ਕਰਾਉਂਦੇ ਹਾਂ?
ਤਾਂ ਕਿ ਜੇ ਕੱਲ ਨੂੰ ਕੋਈ ਮਿਸਹੈਪ ਹੋ ਜਾਂਦਾ ਤਾਂ ਆਪਾਂ ਨੂੰ ਪੇਬੈਕ ਕਰਦੇ। ਆਪਾਂ ਕਾਰ ਦੀ ਇੰਸ਼ੋਰੈਂਸ ਕਰਾਉਂਦੇ ਆ, ਆਪਾਂ ਕਾਰ ਦੀ ਇਸ ਲਈ ਕਰਾਉਂਦੇ ਆ ਵੀ ਕੱਲ ਨੂੰ ਕਿਤੇ ਲੱਗ ਜੇ ਤਾਂ ਆਪਾਂ ਕੰਪਨੀ ਪੇ ਕਰੂ ਸਾਰਾ ਕੁਛ ਆਪਣਾ, ਆਪਾਂ ਜਾ ਕੇ ਕਾਰ ਖੜਾ ਦੇਣੀ ਹੈ ਤੇ ਉਹਦਾ ਉਹਨਾਂ ਨੇ ਠੀਕ ਕਰਕੇ ਦੇ ਦੇਣੀ ਹੈ। ਉਸੇ ਤਰੀਕੇ ਨਾਲ ਜੇ ਇਸ ਇਹ ਕਹਿ ਕੇ ਡਿਨਾਈ ਕਰਨਾ ਵੀ ਇੱਥੇ ਵਾਰ ਵਾਰ ਖਰਾਬ ਹੋ ਰਹੀ ਹੈ ਫਸਲ, ਅਸੀਂ ਨਹੀਂ ਕ੍ਰੋਪ ਇੰਸ਼ੋਰੈਂਸ ਕਰਦੇ, ਇਹ ਵੀ ਇੱਕ ਮਤਲਬ ਪ੍ਰਸ਼ਨ ਚਿੰਨ ਹੈ ਸਰਕਾਰ ਤੇ। ਮਤਲਬ ਕਾਰ ਤੇ ਕਿਸਾਨ ਨੂੰ ਜੋੜ ਕੇ ਵੇਖਿਆ ਜਾਵੇ ਤਾਂ ਜਿਵੇਂ ਕਾਰ ਦੀ ਇੰਸ਼ੋਰੈਂਸ ਕਹਿੰਦੇ ਲਾਜ਼ਮੀ ਹੈ, ਜੇ ਨਹੀਂ ਇੰਸ਼ੋਰੈਂਸ ਹੁੰਦੀ ਚਲਾਨ ਕੱਟੇ, ਜੇ ਕਹਿੰਦੇ ਕਿਸਾਨ ਦੇ ਕੋਲ ਹੈ ਨਹੀਂ ਉਹਦਾ ਕੋਈ ਚਲਾਨ ਨਹੀਂ, ਨਾ ਉਹਦੀ ਕੋਈ ਭਰਪਾਈ ਹੈ ਉਹਨੂੰ, ਨਾ ਕੋਈ ਭਰਪਾਈ ਨਹੀਂ। ਫਿਰ ਦੂਸਰੀ ਗੱਲ ਇਹ ਵੇਖੋ ਵੀ ਕਿਸਾਨ ਨੂੰ, ਅੱਜ ਕਿਸਾਨ ਕੀ ਕਰ ਰਿਹਾ, ਕੁਦਰਤ ਨੂੰ ਵੀ ਬਚਾ ਰਿਹਾ। ਅੱਜ ਜੇ ਬੇਸ਼ੱਕ ਆਪਾਂ ਜਿਵੇਂ ਲਾ ਲਓ ਤੁਸੀਂ ਵੇਖੋਗੇ ਕਿੰਨੇ ਆ ਹੁਣ ਨੇੜੇ ਤੇੜੇ ਵੇਖੋਗੇ ਕਿੰਨੀ ਹਰਿਆਲੀ ਹੈ, ਇਹਦੇ 'ਤੇ ਜੇ ਕੋਈ ਕਿਸਾਨ ਨੂੰ ਇਹਦੇ 'ਤੇ ਦੇਖੋ, ਇਹ ਇੱਕ ਪੁਰਾਣਾ ਇਹਦੇ 'ਚ ਰੂਲ ਹੈਗਾ ਵੀ ਜੇ ਆਪਾਂ ਜਿਹੜੀ ਆਕਸੀਜਨ ਪ੍ਰੋਡਿਊਸ ਕਰਦੇ ਹਾਂ ਤਾਂ ਉਹਦੇ ਤਹਿਤ ਆਪਾਂ ਨੂੰ ਪੈਸੇ ਮਿਲਦੇ ਆ। ਵਰਲਡ ਦੇ ਵਿੱਚ ਇੱਕ ਰੂਲ ਬਣਿਆ, ਉਹ ਵੀ ਆਪਣੇ ਆ ਕੇ ਲਾਗੂ ਨਹੀਂ ਹੁੰਦਾ। ਸੋ ਕਈ ਗੱਲਾਂ ਜਿੱਥੇ ਆ ਕੇ ਕਿਸਾਨ ਨੂੰ ਪਛਾੜਿਆ ਜਾ ਰਿਹਾ, ਉਹਦਾ ਰੀਜ਼ਨ ਨਹੀਂ। ਫਿਰ ਵੇਖੋ ਕਿੰਨੇ ਸੁਸਾਈਡ ਹੋ ਰਹੇ ਆ, ਉਹਦੇ ਬਾਰੇ ਬਜਟ ਦੇ ਵਿੱਚ ਕੋਈ ਗੱਲ ਨਹੀਂ ਹੋਈ। ਫਾਰਮਰ ਅਤੇ ਜਿਹੜਾ ਲੇਬਰ ਆ ਉੱਥੇ ਜਿਹੜਾ ਮਜ਼ਦੂਰ ਆ, ਉਹ ਵੀ ਸੁਸਾਈਡ ਕਰ ਰਿਹਾ, ਕਿਉਂਕਿ ਉਹਦੇ ਕੋਲ ਜੇ ਫਾਰਮਰ ਖੁਸ਼ਹਾਲ ਆ ਤਾਂ ਮਜ਼ਦੂਰ ਤਾਂ ਹੀ ਖੁਸ਼ਹਾਲ ਹੋਊਗਾ, ਇਹਨਾਂ ਦਾ ਤਾਂ 9 ਮਾਸ ਦਾ ਰਿਸ਼ਤਾ। ਅਤੇ ਜੇ ਹੁਣ ਅੱਜ ਉਹ ਸੁਸਾਈਡ ਕਰ ਰਿਹਾ ਤਾਂ ਇਹਦਾ ਕਾਰਨ ਹੋਊਗਾ। ਤੁਸੀਂ ਇਹ ਵੇਖੋ ਵੀ ਕਿਸੇ ਹੋਰ ਕੰਟਰੀ ਦੇ ਵਿੱਚ ਜੇ ਇੱਕ ਫਾਰਮਰ ਵੀ ਸੁਸਾਈਡ ਕਰਦੇ ਨਾ, ਸਾਰਾ ਸਿਸਟਮ ਹਿੱਲ ਜਾਂਦਾ। ਇੱਥੇ ਹਰ ਰੋਜ਼ ਦੇ ਪਤਾ ਨਹੀਂ ਕਿੰਨੇ ਫਾਰਮਰ ਸੁਸਾਈਡ ਕਰੀ ਜਾਂਦੇ, ਲੇਬਰ ਵਾਲੇ ਕਰੀ ਜਾਂਦੇ ਆ। ਕਿਸੇ ਦੇ ਕਹਿੰਦੇ ਹੁੰਦੇ ਨੱਕ 'ਤੇ ਮੱਖੀ ਨਹੀਂ ਬੈਠਦੀ, ਹਰ ਬੰਦਾ ਆਪਦਾ ਕਹਿੰਦੇ ਹੁੰਦੇ। ਜਦੋਂ ਕਿਤੇ ਇਲੈਕਸ਼ਨਾਂ ਦਾ ਟਾਈਮ ਆਉਂਦਾ ਉਦੋਂ ਕੁਛ ਮੁੱਦੇ ਉੱਠਦੇ ਆ, ਇਲੈਕਸ਼ਨ ਜਾਂਦੇ ਆ, ਮੁੱਦੇ ਸਾਰੇ ਠੰਡੇ ਪੈ ਜਾਂਦੇ ਆ। ਹੋਰ ਤੁਹਾਨੂੰ ਕੀ ਲੱਗਿਆ ਬਜਟ ਦੇ ਵਿੱਚ, ਚੰਗਾ ਲੱਗਿਆ ਕਿ ਇਹ ਚੀਜ਼ ਵਧੀਆ ਰਹੀ, ਇਹਨਾਂ ਦੀ ਕੋਟਨ ਮਿਸ਼ਨ ਨਹੀਂ ਆਇਆ ਜਿਵੇਂ ਦੀ ਉਮੀਦ ਦਸ ਨਹੀਂ ਆਈਆਂ, ਪਰ ਜੋ ਰੱਖਿਆ ਉਹਦੇ ਵਿੱਚ ਕੁਛ ਕਿਸਾਨ। ਦੇਖੋ ਜਦੋਂ ਮੈਂ ਜਦੋਂ ਕਿਸਾਨੀ ਦੇ ਤੌਰ 'ਤੇ ਕਿਸਾਨ ਦੇ ਤੌਰ 'ਤੇ ਮੈਂ ਦੇਖਦਾ, ਬਜਟ ਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਵੀ ਜਿਹਦੇ ਨਾਲ ਇੱਕ ਛੋਟਾ ਮੱਧ ਵਰਗ ਕਿਸਾਨ ਜਾਂ ਕੋਈ ਵੀ ਕਿਸਾਨ ਹੈ, ਕਿਸਾਨ ਵੱਡਾ ਛੋਟਾ ਨਹੀਂ ਹੁੰਦਾ, ਕਿਸਾਨ ਤਾਂ ਕਿਸਾਨ ਹੁੰਦਾ, ਵੀ ਉਹਨੂੰ ਕੋਈ ਇਹੋ ਜਿਹਾ ਬੈਨੀਫਿਟ ਮਿਲੇ ਜਿਹਦੇ ਨਾਲ ਉਹਦੀ ਇਨਕਮ ਵੱਧ ਸਕੇ, ਜਿਹਦੇ ਨਾਲ ਉਹਦਾ ਜਿਹੜਾ ਮਤਲਬ। ਫਿਰ ਵੇਖੋ ਕੋਈ ਹੈਲਥ ਦੀ ਗੱਲ ਨਹੀਂ ਕੀਤੀ ਗਈ ਕਿਸੇ ਮਜ਼ਦੂਰ ਦੀ ਜਾਂ ਕਿਸਾਨ ਦੀ, ਕੋਈ ਗੱਲ ਨਹੀਂ ਕੀਤੀ ਗਈ ਮਜ਼ਦੂਰ ਤੇ ਕਿਸਾਨ ਦੇ ਐਜੂਕੇਸ਼ਨ ਦੀ, ਉਹਨਾਂ ਦੇ ਬੱਚਿਆਂ ਦੀ, ਕੋਈ ਗੱਲ ਨਹੀਂ ਕੀਤੀ ਗਈ ਇਹਨਾਂ ਨੂੰ ਜਿਹੜਾ ਹਾਊਸਿੰਗ ਦੀ ਪਿੰਡਾਂ ਦੇ ਵਿੱਚ, ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਸ਼ਹਿਰਾਂ ਦੇ ਵਿੱਚ ਤਰਜੀਹਾਂ ਆਈਆਂ, ਪਰ ਜਦੋਂ ਪਿੰਡਾਂ ਦੇ ਵਿੱਚ ਆਪਾਂ ਜਾਂਦੇ ਹਾਂ ਉਹ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਵੀ ਕਿਸਾਨ ਨੂੰ ਜੇ ਨਾ ਵੀ ਵੋਟ ਪਾਊਗਾ ਸਾਨੂੰ ਸ਼ਹਿਰੀ ਵਰਗ ਵੋਟ ਪਾ ਰਿਹਾ, ਅਸੀਂ ਇਹਨੂੰ ਨਕਾਰ ਹੀ ਦੇਈਏ ਜਿੱਧਰ ਇਹਦੀ। ਕਿਉਂਕਿ ਕਿਸਾਨਾਂ ਦਾ ਇੱਕ ਜਿਹੜਾ ਡਰੋਬੈਕ ਰਹਿੰਦਾ ਵੀ ਕਿਸਾਨ ਬਜਮੀ ਵੋਟ ਨਹੀਂ ਪਾਉਂਦੇ, ਕਿਤੇ ਟੁੱਟਵੀਂ ਵੋਟ ਪੈਂਦੀ ਹੈ। ਉਹ ਪਾਰਟੀ ਸੋਚਦੀਆਂ ਵੀ ਚੱਲ ਕੋਈ ਨਹੀਂ ਜਿੱਥੇ ਵੰਡਵੀਂ ਜੇ ਉਹਨੂੰ ਦੱਸ ਜਾਣਗੀਆਂ ਤਾਂ 5 ਤਾਂ ਮੈਨੂੰ ਵੀ ਆਉਣਗੀਆਂ। ਸੋ ਇਹ ਵੀ ਇੱਕ ਵੱਡਾ ਕਾਰਨ। ਇੱਕ ਕਿਸਾਨ ਹੋਰ ਚੀਜ਼ ਵੀ ਮੰਗ ਕਰ ਰਿਹਾ ਸੀਗਾ ਕਿ ਕਹਿੰਦੇ ਪੈਟਰੋਲ ਡੀਜ਼ਲ 'ਤੇ ਜਿਹੜਾ ਖੇਤੀ ਕਰਦਾ ਗਾ ਉਹਦੇ 'ਤੇ ਉਹਨੂੰ ਕੋਈ ਵੀ GST ਵਗੈਰਾ ਜਾਂ ਕੋਈ ਪੇ ਨਾ ਕਰਨਾ ਪਵੇ, ਟੈਕਸ ਨਾ ਦੇਣਾ ਪਵੇ ਜੋ ਉਹਦਾ ਰੇਟ ਆ। ਡੀਜ਼ਲ 'ਤੇ ਡੀਜ਼ਲ ਸਬਸਿਡੀ ਮੰਗ ਰਹੇ ਸੀ, ਅਸੀਂ ਇਹ ਕਹਿ ਰਹੇ ਸੀ ਵੀ ਸਰਕਾਰ ਨੂੰ ਤਰਜੀਹ ਦਿੱਤੀ ਸੀ ਵੀ ਤੁਸੀਂ ਸਾਡਾ ਇੱਕ ਡੀਜ਼ਲ ਦੇ ਸਬਸਿਡੀ ਵਾਲਾ ਕਾਰਡ ਬਣਾ ਦਿਓ। ਕਾਰਡ ਐਂ ਬਣੇ ਵੀ ਜੇ ਮੇਰੇ ਕੋਲ 5 ਏਕੜ ਹੈ, 5 ਏਕੜ ਦੀ ਤੁਸੀਂ ਡੀਜ਼ਲ ਦੀ ਲਾਗਤ ਕੱਢ ਲਓ, ਬਿਜਾਈ ਤੋਂ ਲੈ ਕੇ ਢੋਆ ਢੁਆਈ ਤੱਕ ਮੰਡੀ ਤੱਕ ਜਿੰਨੀ ਉਹਦੇ 'ਚ ਮੇਰੀ ਲਾਗਤ ਹੈ ਉਨੇ ਲੀਟਰ ਦਾ ਮੈਨੂੰ ਕਾਰਡ ਦੇ ਦਿਓ। ਉਸ ਕਾਰਡ 'ਤੇ ਮੈਨੂੰ ਇੱਕ ਸੀਮਤ ਅਮਾਊਂਟ 'ਤੇ ਡੀਜ਼ਲ ਮਿਲਦਾ ਰਹੇ, ਤਾਂ ਕਿ ਜਦੋਂ ਉਹੀ ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਵੀ ਜੇ ਸਾਡੀ ਆਊਟਪੁੱਟ ਨਹੀਂ ਵਧਾ ਸਕਦੇ ਸਾਡੀ ਇਨਪੁੱਟ ਕੋਸਟ ਹੀ ਘਟਾ ਦਿਓ ਤਾਂ ਕਿ ਕੁਛ ਕਿਸੇ ਹਿਸਾਬ 'ਤੇ ਅਸੀਂ ਬਾਜੀਏ, ਉਹਦੇ ਬਾਰੇ ਵੀ ਗੱਲ ਨਹੀਂ ਕੀਤੀ। ਸਰਕਾਰ ਮੇਰੇ ਹਿਸਾਬ 'ਤੇ ਕਿਸਾਨਾਂ ਨੂੰ ਸੀਰੀਅਸਲੀ ਲੈ ਨਹੀਂ ਰਹੀ, ਕਿਸੇ ਵੀ ਜਿਹੜਾ ਬਜਟ ਵੇਖਿਆ ਉਹਦੇ ਵਿੱਚ ਇਹੀ ਲੱਗਦਾ। ਆਖਰੀ ਸਵਾਲ ਆ, ਕਿਸਾਨ ਹੁਣ
ਕੀ ਮੰਗ ਰਿਹਾ ਹੈਗਾ? ਤੁਸੀਂ ਕਿਸਾਨਾਂ ਦੇ ਆਗੂ ਹੋ, ਕਿਸਾਨਾਂ ਦੇ ਦੁੱਖ ਦਰਦ ਜਾਣਦੇ ਹੋ, ਅੰਦੋਲਨ ਵੀ ਲੜ ਚੁੱਕੇ ਹੋ, ਆਖਰੀ ਦੇ ਵਿੱਚ ਕਿਸਾਨ ਕੀ ਮੰਗ ਰਿਹਾ? ਕੀ ਕਿਸਾਨ ਸਬਸਿਡੀ ਮੰਗ ਰਿਹਾ? ਕੀ ਕਿਸਾਨ ਪੋਲਿਊਸ਼ਨ ਰਹਿਤ ਖੇਤੀ ਮੰਗ ਰਿਹਾ? ਸਭ ਕੀ ਕਿਸਾਨ ਕੀ ਚਾਹ ਰਿਹਾ ਤੁਹਾਡੇ ਮੁਤਾਬਕ? ਦੇਖੋ, ਕਿਸਾਨ ਸਭ ਤੋਂ ਪਹਿਲਾਂ ਤਾਂ ਇਹ ਚਾਹ ਰਿਹਾ ਵੀ ਉਹਨੂੰ ਜਿਹੜੀ ਉਹਦੀ ਫਸਲ ਹੈ, ਜਿਹੜਾ ਉਹਦਾ ਪ੍ਰੋਡਕਟ ਹੈ, ਉਹਦਾ ਸਹੀ ਮੁੱਲ ਮਿਲ ਜੇ। 2006 ਦੇ ਵਿੱਚ ਰਿਪੋਰਟ ਟੇਬਲ ਹੁੰਦੀ ਹੈ ਸਵਾਮੀਨਾਥਨ ਜੀ ਦੀ, 1000 ਪੇੜ ਦੀ ਰਿਪੋਰਟ ਹੈ। ਉਹਦੇ 'ਚ ਇਹੀ ਕਿਹਾ ਗਿਆ ਸੀ ਵੀ ਕਿਸਾਨਾਂ ਨੂੰ ਸਮਰੱਥ ਬਣਾਉਣ ਲਈ ਅਤੇ ਦੇਸ਼ ਦੀ ਇਕੋਨਮੀ ਨੂੰ ਅੱਗੇ ਵਧਾਉਣ ਲਈ ਕਿਸਾਨਾਂ ਨੂੰ ਆਪਾਂ ਨੂੰ ਇਸ ਹਿਸਾਬ 'ਤੇ ਮੁੱਲ ਦੇਣਾ ਪੈਣਾ ਫਸਲਾਂ ਦਾ। ਉਹ ਮੁੱਲ ਨਹੀਂ ਮਿਲਿਆ ਕਿਸਾਨਾਂ ਨੂੰ, ਅਸੀਂ ਚਾਹੁੰਦੇ ਹਾਂ ਵੀ ਉਹ ਮੁੱਲ ਦੇ ਦੇ ਸਰਕਾਰ। ਦੂਸਰੀ ਗੱਲ, ਜਿਵੇਂ ਅਦਰ ਕੰਟਰੀਜ਼ ਕਰਦੀਆਂ, ਇਨਸੈਂਟਿਵ ਦਿੰਦੀਆਂ, ਹੁਣ US ਦੀ ਗੱਲ ਕਰੀਏ ਤਾਂ ਇੱਕ ਕਿਸਾਨ ਨੂੰ 62 ਲੱਖ ਰੁਪਈਆ ਮਿਲਦਾ ਇੰਡੀਅਨ, ਜਿਹਦੇ ਨਾਲ ਜੇ ਉਹਨੂੰ ਲੱਗਦਾ ਵੀ ਕਿਸਾਨੀ ਸੰਕਟ 'ਚ ਹੈਗਾ, ਉੱਥੇ ਬੇਸ਼ੱਕ ਫਾਰਮਰ ਵੱਡੇ ਆ, ਐਨੂਅਲੀ ਮਿਲਦਾ ਉਹਨਾਂ ਨੂੰ। ਐਗਰੀਕਲਚਰ ਪਾਲਿਸੀ ਉਹਨਾਂ ਦੀ ਅਲੱਗ ਹੈ, ਅੱਜ ਤੱਕ ਆਪਣੀ ਐਗਰੀਕਲਚਰ ਪਾਲਿਸੀ ਨਹੀਂ ਬਣੀ, ਨਾ ਤਾਂ ਸੈਂਟਰ ਦੀ ਬਣੀ ਹੈ। ਪੰਜਾਬ ਗਵਰਨਮੈਂਟ ਨੇ ਵੀ ਕਿਹਾ ਸੀ ਆਉਣ ਤੋਂ ਪਹਿਲਾਂ ਵੀ ਅਸੀਂ ਐਗਰੀਕਲਚਰ ਪਾਲਿਸੀ ਬਣਾਵਾਂਗੇ, 2.5 ਸਾਲ ਇਹਨਾਂ ਨੂੰ ਹੋ ਗਏ। ਸੋ ਕਿਸਾਨ ਤਾਂ ਮੰਗਦਾ ਵੀ ਜੇ ਜੋ ਉਗਾਉਂਦਾ ਉਹਦਾ ਮੰਡੀਕਰਨ ਹੋ ਜੇ, ਸਹੀ ਮੁੱਲ ਮਿਲ ਜੇ, ਅਤੇ ਨਾਲ ਹੀ ਕੀ ਹੈ ਵੀ ਜਿਹੜੀ ਸਾਨੂੰ ਸਬਸਿਡੀਜ਼ ਮਿਲ ਰਹੀਆਂ ਜਾਂ ਇਨਸੈਂਟਿਵ ਮਿਲ ਰਹੇ ਆ, ਉਹਦੇ 'ਤੇ ਪਿੱਛੇ ਇੱਕ ਬੈਕਅਪ ਵੀ ਹੋਵੇ ਵੀ ਕੱਲ੍ਹ ਨੂੰ ਮੇਰੀ ਫਸਲ ਖਰਾਬ ਹੁੰਦੀ ਹੈ, ਮੈਨੂੰ ਕ੍ਰੋਪ ਇੰਸ਼ੋਰੈਂਸ ਜ਼ਰੂਰ ਮਿਲੇ। ਸੋ ਫਾਰਮਰ ਤਾਂ 3-4 ਸੁਖਾਲੀਆਂ ਜਿਹੀਆਂ ਚੀਜ਼ਾਂ ਮੰਗਦਾ, ਸਰਕਾਰ ਪਰ ਦੇਣਾ ਨਹੀਂ ਚਾਹੁੰਦੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ। ਤਾਂ ਸਿੱਧੇ ਤੌਰ 'ਤੇ ਅੱਜ ਕੇਂਦਰ ਦੇ ਵਿੱਚ ਬਜਟ ਪੇਸ਼ ਕੀਤਾ ਜਾਂਦਾ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਵੀ ਰੱਖੀਆਂ ਜਾਂਦੀਆਂ, ਜਿਨ੍ਹਾਂ ਵੱਲੋਂ ਉਹਨਾਂ ਵੱਲੋਂ ਸਿੱਧੇ ਤੌਰ 'ਤੇ ਕਿਹਾ ਗਿਆ ਕਿ ਜ਼ਿਕਰ ਇਹਨਾਂ ਦਾ ਕਿਤੇ ਵੀ ਨਹੀਂ ਹੋਇਆ, ਪਰ ਬਹੁਤ ਸਾਰੀ ਮੰਗਾਂ ਅਧੂਰੀ ਵੀ ਰਹਿ ਗਈਆਂ ਅਤੇ ਕੁਛ ਵੀ ਜਿਹੜਾ ਕਿ ਕਿਸਾਨਾਂ ਦੇ ਪ੍ਰਤੀ ਇਸ ਵਿੱਚ ਨਹੀਂ ਦੇਖਣ ਨੂੰ ਮਿਲਿਆ।